ਪਿਓ ਦੇ ਇੱਕ ਕਹਿਣ ਤੇ 10 ਸਾਲਾਂ ਤੋਂ ਇਟਲੀ ਰਹਿੰਦੇ ਦੋਨੇ ਭਰਾ ਪਿਓ ਖਾਤਰ ਛੱਡ ਆਏ ਇਟਲੀ। ਵੱਡੇ ਵੀਰ ਹੁਣੀ ਦੱਸਦੇ ਆ ਕਿ ਪਿਤਾ ਜੀ ਇੱਕ ਵਾਰ ਇਟਲੀ ਘੁੰਮਣ ਗਏ ਤੇ ਉਹਨਾਂ ਨੇ ਸਾਨੂੰ ਉੱਥੇ ਦਿਹਾੜੀਆਂ ਕਰਦੇ ਦੇਖ ਲਿਆ। ਫਿਰ ਉਹਨਾਂ ਨੇ ਸਾਨੂੰ ਕਹਿਤਾ ਕਿ ਬੈਗ ਪੈਕ ਕਰੋ, ਚਲੋ ਵਾਪਸ। ਅਸੀਂ ਨਾ ਨਾ ਕਰ ਸਕੇ। ਪਹਿਲਾਂ ਮੇਰੀ ਪਤਨੀ ਤੇ ਬੱਚੇ ਵਾਪਸ ਆਏ, ਫਿਰ ਮੈਂ ਵੀ ਵਾਪਸ ਆ ਗਿਆ। ਮੇਰੇ ਪਿਤਾ ਜੀ ਦੀ ਮੌਤ ਹੋ ਗਈ, ਫਿਰ ਮੇਰਾ ਛੋਟਾ ਭਰਾ ਵੀ ਆਪਣੇ ਪਰਿਵਾਰ ਸਮੇਤ ਵਾਪਸ ਆ ਗਿਆ। ਅੱਜ ਅਸੀਂ ਦੋਨੇ ਭਰਾ ਇਕੱਠੇ ਰਹਿੰਦੇ ਹਾਂ ਅਤੇ ਇਕੱਠੇ ਹੀ ਆਪਣਾ ਕਾਰੋਬਾਰ ਕਰਦੇ ਹਾਂ। ਬਾਹਰ ਜਾ ਕੇ ਜੀ ਪੱਥਰ ਦਾ ਕੰਮ ਕਰਿਆ, ਪੱਥਰ ਫੈਕਟਰੀ ਸੀਗੀ, ਉਹਦੇ 'ਚ ਕੰਮ ਕਰਦੇ ਸੀ। ਮਤਲਬ ਇਹ ਪਲਾਨਿੰਗ ਨਹੀਂ ਸੀਗੀ ਵੀ ਕਦੇ ਅਸੀਂ ਇੰਡੀਆ ਵਾਪਸ ਜਾਵਾਂਗੇ। ਜਦੋਂ ਮੈਨੂੰ 1.5 ਸਾਲ ਹੋਇਆ ਗਏ ਇਹਨੂੰ, ਫਿਰ ਉੱਥੇ ਇਟਲੀ ਦੇ ਵਿੱਚ ਪੇਪਰ ਖੁੱਲ੍ਹੇ ਸੀਗੇ ਅਤੇ 2001 ਵਿੱਚ ਛੋਟੇ ਭਾਈ ਨੂੰ ਬੁਲਾ ਲਿਆ ਉੱਥੇ। ਅਸੀਂ ਤਾਂ ਦੋਨੇ ਸੀਗੇ ਅਤੇ 2003 ਤੋਂ ਬਾਅਦ ਫਿਰ ਇਹਨਾਂ ਦੀ ਵਾਈਫ ਨੂੰ ਬੁਲਾਇਆ, ਭਾਈ ਸਾਹਿਬ ਦੀ ਨੂੰ, ਸਾਰੇ ਇਟਲੀ ਚਲੇ ਗਏ। ਫਿਰ ਇੱਥੇ ਆਉਣ ਦਾ ਸਬੱਬ ਇਹ ਬਣਿਆ ਵੀ ਅਸੀਂ ਚਾਹੁੰਦੇ ਸੀਗੇ ਵੀ ਸਾਡੇ ਮਾਂ ਬਾਪ ਵੀ ਸਾਡੇ ਨਾਲ ਰਹਿਣ। ਅਸੀਂ ਡੈਡੀ ਦਾ ਮੰਮੀ ਦਾ ਮਤਲਬ 2005 'ਚ ਪੇਪਰ ਬਣਾਉਣੇ ਸ਼ੁਰੂ ਕੀਤੇ ਅਤੇ 2006 'ਚ ਇਹਨਾਂ ਦਾ ਵੀਜ਼ਾ ਲੱਗ ਗਿਆ। ਤਾਂ ਡੈਡੀ ਜੀ ਘਰ ਬੈਠੇ ਸੀਗੇ, ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ, ਮੈਂ ਜਿੱਥੇ ਇਹ ਕੰਮ ਕਰਦੇ ਸੀ ਫੈਕਟਰੀ 'ਚ ਲੈ ਗਿਆ ਗੱਡੀ। ਉੱਥੇ ਜਾ ਕੇ ਇਹਨਾਂ ਦੀ ਮਸ਼ੀਨ ਦੇ ਕੋਲ ਲੈ ਗਿਆ, ਮੈਂ ਕਿਹਾ ਪਾਪਾ ਜੀ ਇਹ ਕੰਮ ਕਰ ਰਹੇ, ਇਹ ਪੱਥਰ ਨਾਲ ਨਾ ਮਸ਼ੀਨ ਨਾਲ ਪੱਥਰ ਕੱਟ ਰਹੇ ਸੀ। ਹਾਂ, ਇਹਨਾਂ ਨੇ ਪੂਰਾ ਅੱਗੇ ਤੇ ਉਹ ਪਾਣੀ ਪੱਲਾ ਜਿਹਾ ਹੁੰਦਾ ਜਿਹੜੇ ਅੱਗੇ ਪਾਣੀ ਗਿਰਨੇ ਤੋਂ ਲਾਇਆ ਹੁੰਦਾ, ਬੂਟ ਪਾਏ ਲੰਬੇ ਲੰਬੇ, ਬਾਈ ਇਹਨਾਂ ਦੇ ਕੋਲ ਖੜਾ ਤਿਲ ਜਾ ਕੇ ਉਹਨਾਂ ਨੇ ਦੇਖਿਆ, ਕਹਿੰਦਾ ਵੀ ਨਹੀਂ, ਕਹਿੰਦਾ ਇਹ ਤਾਂ ਬਹੁਤ ਔਖਾ ਕੰਮ। ਉਸ ਟਾਈਮ ਕੁਛ ਨਹੀਂ ਬੋਲੇ, ਘਰ ਆ ਕੇ ਕਹਿੰਦੇ ਵੀ ਇੱਦਾਂ ਕਰੋ, ਕਹਿੰਦਾ ਵੀ ਆਪਣੇ ਕੱਪੜੇ ਕੁੱਪੜੇ ਚੱਕੋ, ਬੈਗ ਬੰਨੋ, ਆਪਣੇ ਚੱਲੋ ਇੰਡੀਆ। ਇਹਨਾਂ ਨੂੰ ਤਾਂ ਉਸੇ ਟਾਈਮ ਕਹਿੰਦਾ ਉਹਨਾਂ, ਕਹਿੰਦਾ ਵੀ ਤੂੰ ਤਾਂ ਇੱਦਾਂ ਕਰ, ਆਪਣਾ ਟੇਚੀ ਚੱਕ ਤੇ ਇੰਡੀਆ ਚੱਲ ਨਾਲ। ਤੇ ਤੁਹਾਨੂੰ 7-8 ਸਾਲ ਹੋ ਗਏ ਹੁੰਦੇ ਆ ਇਟਲੀ ਦੇ ਵਿੱਚ ਰਹਿੰਦੇ ਨੂੰ, ਹਨਾ? ਹਾਂਜੀ। ਤੇ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਕੋਲ ਆ ਕੇ ਇਹ ਕਹਿਤਾ ਵੀ ਤੂੰ ਚੱਲ ਯਾਰ, ਇਹ ਕੰਮ ਠੀਕ ਨਹੀਂ ਹੈਗਾ ਇੱਥੇ। ਹਾਂਜੀ। ਤੇ ਫਿਰ ਉਦੋਂ ਤੁਹਾਨੂੰ ਆਪਣੇ ਬਾਪੂ ਨੂੰ ਤੁਸੀਂ ਸਮਝਾਇਆ ਨਹੀਂ ਹੈਗਾ ਵੀ ਨਹੀਂ ਇੱਥੇ ਠੀਕ ਆ, ਇੱਥੇ ਬਾਲ ਬੱਚੇ ਹੋ ਗਏ, ਇੱਥੇ ਘਰ ਵਾਲੀ, ਇੱਥੇ ਆਪਣਾ ਛੋਟਾ ਭਾਈ ਵੀ ਸੈੱਟ ਆ? ਹਿੰਮਤ ਨਹੀਂ ਹੋਈ ਕਹਿਣਾ ਜੀ, ਹਿੰਮਤ ਨਹੀਂ ਹੋਈ ਬਾਪੂ ਨੂੰ ਕਹਿਣ ਦੀ? ਉਹਨਾਂ ਨੇ ਕਹਿੰਦਾ, ਕਹਿੰਦਾ ਬਸ ਹੋ ਗਿਆ ਠੀਕ ਹੈ, ਚਲੋ, ਕਹਿੰਦਾ ਇੰਨੇ ਕੁ ਤਾਂ ਉੱਥੇ ਕਮਾ ਲਊਂਗਾ। ਫਿਰ ਅਸੀਂ, ਮੈਂ ਵਾਈਫ ਨਾਲ ਆਪਣੀ ਨਾਲ ਗੱਲ ਕਰੀ, ਮੈਂ ਕਿਹਾ ਪਾਪਾ ਜੀ ਇੱਦਾਂ ਕਹਿੰਦੇ ਆ ਵੀ ਇੰਡੀਆ ਰਹਿਣਾ, ਕਹਿੰਦੇ ਠੀਕ ਹੈ, ਕਹਿੰਦੇ ਜਿੱਦਾਂ ਕਹਿੰਦੇ ਉੱਦਾਂ ਕਰ ਲਓ, ਕਹਿੰਦੀ ਕੋਈ ਗੱਲ ਨਹੀਂ, ਚਲੋ ਤੁਸੀਂ ਹਨਾ ਸਾਰੇ ਇੰਡੀਆ ਚਲੋ ਵਾਪਸ, ਇੱਥੇ ਕੰਮ ਬਹੁਤ ਔਖਾ ਗਾ। ਅਤੇ ਤੁਸੀਂ ਇਹ ਗੱਲ ਦਾ ਗੁੱਸਾ ਨਹੀਂ ਮਨਾਇਆ ਵੀ ਸਾਡਾ ਮੇਰਾ ਸਾਰਾ ਪਰਿਵਾਰ ਇੱਥੇ ਸੈੱਟ, ਮੈਂ ਇਹਨਾਂ ਨੂੰ ਲੈ ਕੇ ਆਈ, ਮੈਂ ਇਹਨਾਂ ਨੂੰ ਇੱਥੇ ਇਟਲੀ ਸੈੱਟ ਕੀਤਾ ਅਤੇ ਫਿਰ ਕਹਿੰਦੇ ਆ ਵੀ ਚਲ ਵਾਪਸ ਹੁਣ? ਅਤੇ ਦੇਖੋ ਜਿੱਦਾਂ ਪਾਪਾ ਜੀ ਨੇ ਕਿਹਾ ਅਤੇ ਇਹ ਵੀ ਇਕੱਲੇ ਸੀਗੇ ਪਿੱਛੇ, ਫਿਰ ਕਹਿੰਦੇ ਬੱਚੇ ਵੀ ਅੱਛੇ ਸਕੂਲਾਂ 'ਚ ਲਾਉਂਗੇ ਵੀ ਬੱਚੇ ਉਹਦੇ ਪੜ੍ਹਾਵਾਂਗੇ ਆਪਾਂ ਵੀ ਸਾਡਾ ਵੀ ਦਿਲ ਲੱਗਿਆ ਰਹੂਗਾ। ਅੱਛਾ। ਫਿਰ ਮੈਨੂੰ ਕੋਈ ਗੁੱਸਾ ਨਹੀਂ ਲੱਗਿਆ ਹੈਗਾ, ਕੋਈ ਗੁੱਸਾ ਨਹੀਂ ਲੱਗਿਆ, ਕੋਈ ਗੁੱਸਾ ਨਹੀਂ। ਫਿਰ ਮੈਂ ਆਪਣੇ ਬੱਚੇ ਲੈ ਕੇ ਆ ਗਈ ਸੀ ਇੱਥੇ ਵਾਪਸ ਆ ਗਈ 2007 ਵਿੱਚ। ਮੈਂ 2008 'ਚ ਆ ਗਿਆ ਸੀ ਮਾਰਚ 'ਚ। ਤੁਸੀਂ ਵੀ ਆ ਗਏ? ਹਾਂਜੀ, 7 'ਚ ਬੱਚੇ ਆ ਗਏ ਸੀਗੇ, 1 ਸਾਲ ਬਾਅਦ ਫਿਰ ਮੈਂ ਆ ਗਿਆ। ਮੈਂ ਕਿਹਾ ਯਾਰ ਮੇਰਾ ਵੀ ਨਹੀਂ ਦਿਲ ਲੱਗਦਾ ਹੁਣ। ਉਸ ਤੋਂ ਬਾਅਦ ਸਾਡਾ ਟਾਈਮ ਪਾਸ ਨਹੀਂ ਹੁੰਦਾ, ਵੱਡਾ ਭਾਈ ਆ ਗਿਆ, ਸਾਨੂੰ ਤਾਂ ਇੱਦਾਂ ਹੋ ਗਿਆ ਵੀ ਇਟਲੀ 'ਚ ਰਿਹਾ ਕੱਖ ਨਹੀਂ ਹੈਗਾ। ਜਦੋਂ ਸਾਡੇ ਭਾਅ ਜੀ ਆ ਗਏ ਇੱਧਰ ਇੰਡੀਆ ਆ ਗਏ, ਉਸ ਦਿਨ ਤਾਂ ਸਾਨੂੰ ਪਤਾ ਸਾਡਾ ਵੀ ਬਹੁਤ ਔਖਾ ਲੱਗਿਆ ਸਾਨੂੰ। ਅਸੀਂ ਇੱਦਾਂ ਹੀ ਸ਼ਾਮ ਨੂੰ ਸੈਰ ਕਰਨ ਚਲੇ ਗਏ ਜਦੋਂ ਭਾਅ ਜੀ ਆ ਗਏ ਇੰਡੀਆ, ਅਸੀਂ ਸਾਨੂੰ ਤਾਂ ਇਟਲੀ ਉੱਧਰ ਇੱਦਾਂ ਲੱਗੇ, ਕਮ ਸੇ ਕਮ ਮੇਰੇ ਰਿਸ਼ਤੇਦਾਰ ਬਹੁਤ ਸੀ ਸਾਡੇ ਉੱਥੇ, ਸਾਨੂੰ ਇੱਦਾਂ ਲੱਗਿਆ ਜਿਵੇਂ ਅੱਜ ਸਾਡਾ ਉਰੇ ਕੋਈ ਵੀ ਇੰਨਾ ਗਲੀਆਂ ਵੀ ਸੁਣੀਆਂ ਲੱਗਣ ਲੱਗ ਗਏ, ਸੜਕਾਂ ਵੀ ਸੁਣੀਆਂ ਲੱਗਣ, ਇੱਦਾਂ ਹੋਇਆ ਵੀ ਅੱਜ ਕਿਆ ਹੋ ਗਿਆ ਸਾਡੇ ਨਾਲ, ਜਦਕਿ ਸਾਡੇ ਕੋਲ ਹੀ ਰਿਸ਼ਤੇਦਾਰ ਰਹਿੰਦੇ ਸੀ, ਸਭ ਹੈ ਸੀ, ਬਥੇਰਾ ਪਿਆਰ ਕਰਦੇ ਸਾਨੂੰ, ਪਰ ਸਾਨੂੰ ਪਤਾ ਨਹੀਂ ਕੀ ਇੱਕਦਮ ਮਨ ਚੋਂ ਸਾਡੇ ਇਹ ਹੁੰਦਾ ਉਹ ਕੁਛ ਅੱਜ ਚੱਲ ਗਿਆ ਸਾਡਾ ਇੱਥੋਂ ਵੀ ਅੱਜ ਸਾਡਾ ਇਟਲੀ ਵਿੱਚ ਕੁਛ ਨਹੀਂ ਰਿਹਾ, ਇੱਦਾਂ ਇੱਕ ਸਭ ਕੁਛ ਹੈ ਸੀ ਪਰ ਇਹਨਾਂ ਦੀ ਸਾਨੂੰ ਕਮੀ ਬਹੁਤ ਮਹਿਸੂਸ ਹੋਈ। ਇਹ ਰੋਂਦਾ ਹੁੰਦਾ ਸੀਗਾ ਜਦੋਂ ਇਹਨਾਂ ਨੇ ਮੇਰੇ ਕੋਲ ਫੋਨ ਕਰਨਾ ਨਾ, ਵੀਰੇ ਮੇਰਾ ਦਿਲ ਨਹੀਂ ਲੱਗਦਾ ਮੈਂ ਕਿਆ ਕਰਾਂ। ਮੈਂ ਕਿਹਾ ਯਾਰ ਤੂੰ ਚੱਲ ਕੋਈ ਗੱਲ ਨਹੀਂ ਵੀ ਥੋੜ੍ਹਾ ਟਾਈਮ ਕੱਢ ਲੈ, ਥੋੜ੍ਹਾ ਟਾਈਮ ਹੋਰ ਕੱਢ ਲੈ ਵੀ। 2008 ਦੀਆਂ ਹੀ ਗੱਲਾਂ ਇਹ, 2008 'ਚ ਜਦੋਂ ਫਾਦਰ ਨਵੰਬਰ 'ਚ ਅਟੈਕ ਹੋਇਆ ਪਾਪਾ ਜੀ ਨੂੰ,
ਫਿਰ ਇਹਦੀ ਹਮੇਸ਼ਾ ਹੀ ਕਾਲ ਹਫ਼ਤੇ ਬਾਅਦ ਇਹੀ ਆਉਂਦੀ ਸੀ ਵੀਰੇ ਮੇਰਾ ਦਿਲ ਨਹੀਂ ਲੱਗਦਾ, ਵੀਰੇ ਮੇਰਾ ਦਿਲ ਨਹੀਂ ਲੱਗਦਾ। ਜਿੱਦਾਂ ਇਹਨਾਂ ਨੇ ਇੱਥੇ ਆ ਕੇ ਸੈਟਿੰਗ ਕੀਤੀ, ਇੱਥੇ ਆ ਕੇ ਕੋਈ ਨਾ ਕੋਈ ਕੰਮ ਕਰ ਲਿਆ, ਟਰੱਕ ਟਰੁੱਕ ਪਾ ਲਏ, ਇਹ ਫਿਰ ਇਹਨਾਂ ਨੇ ਕਿਹਾ ਕਹਿੰਦਾ ਵੀ ਇੱਦਾਂ ਕਰਾ ਲੈਂਦਾ ਹੁਣ ਤੂੰ ਵੀ ਆਏ ਜਾ। ਮੈਂ ਆਏ ਜੀ ਨਾ ਤਾਂ 2 ਸਾਲ ਬਾਅਦ ਵਾਪਸ। ਅੱਛਾ ਫਿਰ ਤੁਹਾਡਾ ਸਾਰਾ ਪਰਿਵਾਰ ਹੀ ਇੱਥੇ ਆ ਗਿਆ? ਹਾਂਜੀ ਹਾਂਜੀ, ਅਸੀਂ ਇੱਥੇ ਆ ਗਏ, ਇੱਕ ਦੂਜੇ ਬਿਨਾਂ ਹੀ ਰਹਿ ਹੁੰਦਾ ਹੈ ਦੋਨਾਂ ਨੂੰ। ਇਹ ਤੁਸੀਂ ਭੈਣਾਂ ਦੋਨੋਂ ਸਕੀਆਂ? ਨਹੀਂ, ਮੇਰੇ ਭੂਆ ਜੀ ਦੀ ਕੁੜੀ ਹੈ ਇਹ। ਅੱਛਾ, ਇਹ ਮੇਰੇ ਮਾਮਾ ਜੀ ਦੀ ਕੁੜੀ ਹੈ। ਅੱਛਾ, ਅਸੀਂ ਜੇ ਬਹਿਸ ਵੀ ਪੈਂਦੀ ਇੱਕ ਦੂਜੇ ਨਾਲ ਫਿਰ ਦੇਖਣਾ ਨਹੀਂ, ਫਿਰ ਨਹੀਂ ਸਰਦਾ ਇੱਕ ਦੂਜੇ ਬਿਨਾਂ। ਅੱਛਾ, ਇੱਕ ਦੂਜੇ ਬਿਨਾਂ ਤੁਹਾਡਾ ਜੀ ਵੀ ਨਹੀਂ ਲੱਗਦਾ? ਨਹੀਂ ਸੀ। ਵੱਡੇ ਭਾਈ ਨੇ ਤੁਹਾਨੂੰ ਪਿਓ ਵਾਲੀ ਕਮੀ ਤਾਂ ਨਹੀਂ ਕਦੇ ਮਹਿਸੂਸ ਹੋਣ ਦੇਣੀ? ਜੋ ਚਾਹੀਦਾ ਅਸੀਂ ਇਹਨਾਂ ਤੇ ਮੰਗਦੇ ਰਹੇ, ਜੇ ਅੱਜ ਮੰਗ ਲਈ ਨਹੀਂ ਇਹਨਾਂ ਕੋਲ ਹੈਗੀ ਹੈ, ਨਹੀਂ ਟਾਈਮ ਹੈਗਾ, ਇਹਨਾਂ ਨੇ ਦੂਜੇ ਜਾਂ ਤੀਜੇ ਦਿਨ ਤਾਂ ਲਿਆ ਕੇ ਦਿੱਤੀ ਆ। ਉਹ ਕਈ ਵਾਰ ਮੰਗਣ ਤੋਂ ਪਹਿਲਾਂ ਵੀ ਮਿਲੀ, ਕਈ ਵਾਰੀ ਮੰਗਣੇ ਤੋਂ ਪਹਿਲਾਂ ਵੀ ਚੀਜ਼ ਮਿਲੀ ਆ, ਇੱਦਾਂ ਦੀ ਗੱਲ ਨਹੀਂ। ਬਿਨਾਂ ਕਹੇ ਮਿਲੇ ਸਾਨੂੰ ਇਹਨਾਂ ਨੇ ਤੰਗੀ ਬਿਲਕੁਲ ਨਹੀਂ ਆਉਂਦੀ, ਜਿੱਦਾਂ ਦੇ ਅਸੀਂ ਇਟਲੀ ਤੋਂ ਆਏ ਆ, ਅਸੀਂ ਤਾਂ ਦੋਨੋਂ ਘਰ ਦੀਆਂ ਰਾਣੀਆਂ, ਇਹਨਾਂ ਦੋਨਾਂ ਦੇ ਸਿਰ 'ਤੇ ਸਾਨੂੰ ਕੋਈ ਚਿੰਤਾ ਨਹੀਂ। ਸਾਨੂੰ ਇੰਨਾ ਮਾਣ ਤਾਂ ਹੈ ਸੀ ਇਟਲੀ ਤੋਂ ਵੀ, ਸਾਨੂੰ ਭੁੱਖੇ ਤਾਂ ਨਹੀਂ ਰਹਿਣ ਦਿੰਦੇ, ਕਿਉਂਕਿ ਸਾਨੂੰ ਮਾਣ ਸੀ ਵੀ ਇਹ ਕਸ਼ਟ ਕਰਕੇ ਖਾਣ ਜੋਗੇ ਹੈ, ਜਿੱਥੇ ਹੱਥ ਲਾਉਂਦੇ ਹਾਂ ਵਧੀਆ ਕੰਮ ਕਰਦੇ। ਤੁਸੀਂ ਦੱਸਦੇ ਹੋ ਵੀ ਤੁਸੀਂ ਇਹਨਾਂ ਦੇ ਕੰਮ 'ਚ ਬੋਲਦੀਆਂ ਨਹੀਂ? ਭੈਣੇ ਨਹੀਂ, ਹਾਂਜੀ ਅਸੀਂ ਨਹੀਂ ਬੋਲਦੇ ਹਾਂ ਇਹਨਾਂ ਦੇ ਕੰਮਾਂ 'ਚ, ਇਹ ਆਪਣੇ ਆਪ ਜੋ ਕਰਦੇ ਆ ਦੋਨੋਂ ਭਰਾ। ਅਸੀਂ ਘਰ ਆ ਕੇ ਕੋਈ ਗੱਲ ਨਹੀਂ ਕਰਨੀ ਹੈਗੀ ਇਹਨਾਂ ਸਾਹਮਣੇ ਵੀ ਹਾਂ ਅਸੀਂ ਆਹ ਕੰਮ ਕਰਨ ਲੱਗੇ, ਕੋਈ ਔਖਾ ਕੋਈ ਸੌਖਾ ਇਹਨਾਂ ਨੇ ਆਪੇ ਕੱਟਣੀ। ਇਹ ਗੱਲ ਹੈਗੀ ਹੈ ਜੀ 1997 ਦੀ। 1997 ਦੇ ਵਿੱਚ ਜਦੋਂ ਕਹਿੰਦੇ ਘਰ ਦੇ ਵਿੱਚ ਕੋਈ ਬੱਚਾ ਬੜਾ ਹੁੰਦਾ ਤਾਂ ਉਹਦੇ ਵਿਆਹ ਮੰਗਣੇ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਘਰ ਦੇ ਵਿੱਚ, ਸਾਰੇ ਤਾਏ ਚਾਚਿਆਂ ਦੇ ਬੱਚਿਆਂ ਦੇ ਵਿੱਚ ਮੈਂ ਬੜਾ ਸੀਗਾ, ਅਤੇ ਮੈਂ ਹੀ ਬਾਹਰ ਜ਼ਿਆਦਾ ਘੁੰਮਦਾ ਫਿਰਦਾ ਸੀ, ਅਤੇ ਮੈਂ ਚੰਡੀਗੜ੍ਹ ਕੰਮ ਕਰਦਾ ਸੀ ਉਸ ਟਾਈਮ। ਅਤੇ ਰਿਸ਼ਤੇ ਦੀ ਜਿਸ ਤਰ੍ਹਾਂ ਗੱਲਬਾਤ ਚੱਲੀ, ਕਈ ਰਿਸ਼ਤੇ ਦੇਖੇ ਆਲੇ ਦੁਆਲੇ, ਅਤੇ ਮੇਰੇ ਮਾਦਰ ਮੇਰੇ ਮਦਰ ਨੂੰ ਨਾ ਸਾਡੀ ਰਿਸ਼ਤੇਦਾਰੀਆਂ ਸਾਰੀਆਂ ਪੰਜਾਬ ਬੇਟ ਏਰੀਏ 'ਚ ਹੈ, ਉਹਨਾਂ ਨੇ ਮੇਰੀ ਵਾਈਫ ਨੂੰ ਪਹਿਲੇ ਕਿਤੇ ਦੇਖਿਆ ਹੋਇਆ ਸੀਗਾ, ਅਤੇ ਉਹਨਾਂ ਦੌਰਾਨ 2097-96 ਦੇ ਵਿੱਚ ਇਹ ਇੰਗਲੈਂਡ ਉੱਥੇ ਚਲੇ ਗਏ, ਇਟਲੀ ਚਲੇ ਗਏ ਆਪਣੇ ਫਾਦਰ ਦੇ ਨਾਲ। ਤੁਹਾਡੀ ਵਾਈਫ? ਹਾਂਜੀ, ਇਹਨਾਂ ਦਾ ਫੈਮਿਲੀ ਵੀਜ਼ਾ ਸੀਗਾ ਕਿਉਂਕਿ ਇਹ ਅੰਡਰ 18 ਸੀਗੇ, ਅੰਡਰ 18 ਇਹ ਇੱਕ ਜਿੱਦਾਂ ਫਾਦਰ ਨੇ ਆਪਣੇ ਬੱਚੇ ਉੱਥੇ ਬੁਲਾਏ, ਅਤੇ ਸਾਰੇ ਦੋਨੇ ਭਰਾ ਅਤੇ ਇਹਨਾਂ ਦੇ ਇਹ ਮੇਰੇ ਵਾਈਫ ਇਹ ਉੱਥੇ ਚਲੇ ਗਏ। ਉੱਥੇ ਜਾਣ ਤੋਂ ਬਾਅਦ ਫਿਰ ਉਹਨਾਂ ਨੇ ਤਾਂ ਫਿਰ 1-2 ਸਾਲ ਬਾਅਦ ਰਿਸ਼ਤਾ ਤੋੜਨਾ ਹੀ ਸੀਗਾ ਕੋਈ ਨਾ ਕੋਈ, ਅਸੀਂ ਰਿਸ਼ਤਾ ਲੱਭਣ ਗਏ ਸੀਗੇ ਐਕਚੁਲੀ ਕੋਈ ਹੋਰ ਕੁੜੀ ਦੇਖਣ ਗਏ ਸੀਗੇ ਇਹਨਾਂ ਦੇ ਪਿੰਡ 'ਚ। ਅੱਛਾ, ਅਤੇ ਮੇਰੇ ਮਾਮਾ ਜੀ ਸੀਗੇ ਮੇਰੇ ਨਾਲ, ਅਤੇ ਉਹ ਮੈਨੂੰ ਲੈ ਕੇ ਗਏ, ਕਹਿੰਦੇ ਵੀ ਜਿੱਦਾਂ ਦਾ ਤੂੰ ਕੰਮ ਕਰਦਾ ਹੈ, ਮੈਂ ਮੈਡੀਕਲ ਲਾਈਨ ਦੇ ਵਿੱਚ ਸੀਗਾ, ਅਤੇ ਮੈਨੂੰ ਕਹਿੰਦੇ ਵੀ ਆਪਾਂ ਇੱਦਾਂ ਦੀ ਕੁੜੀ ਲੱਭਦੇ ਹਾਂ ਕੋਈ ਵੀ ਤੁਹਾਡਾ ਦੋਨਾਂ ਦਾ ਮੇਲ ਹੋ ਜੂਗਾ। ਚਲੋ ਉਸ ਪਿੰਡ 'ਚ ਗਏ ਅਤੇ ਉਹ ਸਾਨੂੰ ਜਿੱਥੇ ਅਸੀਂ ਗਏ ਉਹ ਸਾਨੂੰ ਉਹਨਾਂ ਨੇ ਕੁੜੀ ਦਿਖਾਈ ਨਾ। ਅੱਛਾ, ਅਤੇ ਅਸੀਂ ਇੱਥੇ ਦੇ ਵਾਪਸ ਆ ਗਏ, ਵਾਪਸ ਆ ਗਏ ਅਤੇ ਜਦ ਅਸੀਂ ਪਿੰਡ ਤੋਂ ਬਾਹਰ ਆਏ ਤਾਂ ਉਹਨਾਂ ਦੇ ਖਿਆਲ ਆਇਆ ਵੀ ਉਹ ਮੇਰੇ ਤਾਂ ਇੱਥੇ ਰਿਸ਼ਤੇਦਾਰ ਵੀ ਹੈਗਾ ਕੋਈ ਵੀ ਆਪਾਂ ਉਹਨਾਂ ਦੇ ਘਰ ਚੱਲਦੇ ਹਾਂ। ਕੌਣ ਰਿਸ਼ਤਾ ਕੌਣ ਕਰਾ ਰਹੇ ਸੀ ਇਹ? ਉਹ ਮੇਰੇ ਮਾਮਾ ਜੀ ਸੀਗੇ ਨਾਲ। ਅੱਛਾ, ਅਤੇ ਜਿਹੜੀ ਅਸੀਂ ਹੋਰ ਕੁੜੀ ਦੇਖਣ ਗਏ ਸੀ। ਅੱਛਾ, ਇਹਨਾਂ ਦੇ ਬਾਰੇ ਕੋਈ ਗੱਲ ਨਹੀਂ ਉੱਥੇ ਹੋਈ ਹੈਗੀ ਕਿਉਂਕਿ ਇਹ ਤਾਂ ਬਾਹਰ ਸੀਗੇ ਉਸ ਟਾਈਮ, ਇਹਨਾਂ ਦੇ ਚਾਚਾ ਜੀ ਇੰਡੀਆ ਇੱਥੇ ਰਹਿੰਦੇ ਆ ਪੰਜਾਬ 'ਚ ਹੀ। ਅੱਛਾ, ਅਤੇ ਉਹ ਲੱਗੇ ਕਹਿਣ ਵੀ ਮੇਰੇ ਹਾਲ ਮੇਰਾ ਤਾਂ ਕੋਈ ਰਿਸ਼ਤੇਦਾਰ ਕੋਈ ਬਣਿਆ ਨਹੀਂ ਸੀਗਾ, ਅਤੇ ਅਸੀਂ ਉਹ ਮਾਮਾ ਜੀ ਦੇ ਕਹਿਣੇ 'ਤੇ ਇਹਨਾਂ ਦੇ ਘਰ ਚਲੇ ਗਏ ਚਾਚੇ ਦੇ ਘਰ। ਅੱਛਾ, ਇਹਨਾਂ ਦੇ ਚਾਚਾ ਦੀ? ਹਾਂਜੀ, ਅਤੇ ਇਹਨਾਂ ਦੇ ਚਾਚੇ ਦੇ ਘਰ ਗਏ ਤਾਂ ਉਹਨਾਂ ਨੇ ਸਾਨੂੰ ਚਾਹ ਪਾਣੀ ਪਾਇਆ ਬਿਠਾ ਕੇ, ਦੁਪਹਿਰ ਸੀਗਾ ਅਤੇ ਅਸੀਂ 2 ਘੰਟੇ ਬੈਠੇ ਰਹੇ ਉੱਥੇ। ਉਹਨਾਂ ਨੇ ਪਤਾ ਨਹੀਂ ਕਿਆ ਚੀਜ਼ ਉਹਨਾਂ ਨੂੰ ਪਸੰਦ ਆਈ ਅਤੇ ਉਹ ਕਹਿੰਦੇ ਵੀ ਇਹ ਮੁੰਡਾ ਕੌਣ ਹੈ, ਮੇਰੇ ਮਾਮਾ ਜੀ ਨੂੰ ਪੁੱਛਣ ਲੱਗੇ।
ਮਾਮਾ ਜੀ ਨੇ ਦੱਸਿਆ, ਕਹਿੰਦਾ ਮੇਰੇ ਭਾਣਜਾ ਇਹ, ਅਤੇ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਹੈਗੀ, ਉਹਨਾਂ ਨੂੰ ਪਸੰਦ ਆਇਆ, ਉਹਨਾਂ ਦੇ ਮਨ ਦੇ ਵਿੱਚ ਗੱਲ ਕੋਈ ਆ ਗਈ ਵੀ ਹਾਂ ਵੀ ਅਸੀਂ ਆਪਣੀ ਜਿਹੜੀ ਕੁੜੀ ਵਾਸਤੇ ਬੱਚਾ ਮੁੰਡਾ ਲੱਭਦੇ ਹਾਂ ਭਤੀਜੀ ਵਾਸਤੇ, ਹਾਂ ਅਤੇ ਸ਼ਾਇਦ ਵੀ ਅਸੀਂ ਇੱਥੇ ਦੇਖਦੇ ਹਾਂ ਗੱਲ ਕਰਕੇ। ਅੱਛਾ, ਉਹਨਾਂ ਨੇ ਤੁਹਾਡੇ ਨਾਲ ਗੱਲ ਕਰੀ ਵੀ ਮੇਰੀ ਭਤੀਜੀ ਭਾਈ ਬਾਹਰ ਆ? ਅਤੇ ਉਹਨਾਂ ਨੇ ਗੱਲ ਨਹੀਂ, ਉਹਨਾਂ ਨੇ ਉਸ ਟਾਈਮ ਨਹੀਂ ਗੱਲ ਕੀਤੀ, ਉਹਨਾਂ ਨੇ ਮਨ ਦੇ ਵਿੱਚ ਰੱਖੀ ਗੱਲ ਵੀ ਉਹਨਾਂ ਦਾ ਵੀ ਅੱਗੇ ਪਤਾ ਕਰਨ ਵਾਸਤੇ, ਬਾਅਦ ਦੇ ਵਿੱਚ ਵੀ ਪਤਾ ਕਰ ਲਈਏ ਕੌਣ ਹੈ ਕਿੱਥੇ ਦੇ ਹੈ, ਵੀ ਤੁਹਾਨੂੰ ਪਤਾ ਹੀ ਹੈ ਛਾਣਬੀਣ ਤਾਂ ਕਰਦੇ ਆ, 1995-96 ਦੀ ਗੱਲ ਹੈ, 97 ਦੀ ਗੱਲ ਹੈ। ਅਤੇ ਉਹਨਾਂ ਨੇ ਚਲੋ ਜਦੋਂ ਪਤਾ ਕਰਿਆ ਵੀ ਫਲਾਨੇ ਦਾ ਭਾਣਜਾ ਹੈਗਾ, ਮੇਰਾ ਮਾਮਾ ਜਿਹੜਾ ਨਾਲ ਸੀਗਾ ਵੀ ਇਹਦਾ ਸਕਾ ਭਾਣਜਾ ਇਹ, ਅਤੇ ਉਹਨਾਂ ਨੇ ਜਦੋਂ ਇਹਨਾਂ ਦਾ ਫਾਦਰ ਦਾ ਫੋਨ ਆਇਆ ਅਤੇ ਉਹਨਾਂ ਨੂੰ ਦੱਸਿਆ ਬਾਹਰ ਇਟਲੀ ਵਾਲਿਆਂ ਨੂੰ ਵੀ ਇੱਦਾਂ ਕਰਕੇ ਮੁੰਡਾ ਦੇਖਿਆ ਅਸੀਂ, ਵੀ ਜੇ ਤੁਹਾਨੂੰ ਅਸੀਂ ਤੁਹਾਨੂੰ ਫੋਟੋਆਂ ਫੋਟੋਆਂ ਭੇਜ ਦਿੰਦੇ ਹਾਂ, ਜੇ ਤੁਹਾਨੂੰ ਚੰਗਾ ਲੱਗਦਾ ਤਾਂ ਆਪਾਂ ਰਿਸ਼ਤਾ ਕਰ ਲੈਂਦੇ। ਚਲੋ ਜੀ, ਉਹਨਾਂ ਨੇ ਫੋਟੋਆਂ ਵਗੈਰਾ ਸਾਤੋਂ ਮੰਗੀਆਂ ਅਤੇ ਅਸੀਂ ਫੋਟੋਆਂ ਦੇ ਦਿੱਤੀਆਂ, 2-3 ਫੋਟੋਆਂ ਦੇ ਦਿੱਤੀਆਂ, ਇੱਦਾਂ ਹੀ ਅਸੀਂ ਨਹੀਂ ਫੋਟੋ, ਇਹਨਾਂ ਦੀ ਫੋਟੋ ਨਹੀਂ ਅਸੀਂ ਮੰਗਦੇ ਵੀ ਜੀ। ਚਲੋ ਉਹਨਾਂ ਨੇ ਮੰਗੀਆਂ, ਅਸੀਂ ਦੇ ਦਿੱਤੀਆਂ, ਉਹਨਾਂ ਨੇ ਬਾਹਰ ਨੂੰ ਰਜਿਸਟਰੀ ਕਰਤੀਆਂ ਫੋਟੋਆਂ। ਅਤੇ 10-15 ਦਿਨ ਬਾਅਦ ਇਹਨਾਂ ਦੇ ਜਿਹੜੇ ਚਾਚਾ ਜੀ ਸੀਗੇ ਉਹਨਾਂ ਦਾ ਸੁਨੇਹਾ ਆਇਆ ਵੀ ਸਾਨੂੰ ਮੁੰਡਾ ਪਸੰਦ ਹੈ, ਵੀ ਜਦੋਂ ਬਾਹਰ 'ਤੇ ਆਉਣਗੇ ਫਿਰ ਅਸੀਂ ਰਿਸ਼ਤਾ ਕਰਾਂਗੇ। ਅੱਛਾ, ਤੁਹਾਨੂੰ ਇਹ ਦੱਸਿਆ ਜਾਂਦਾ ਕੁੜੀ ਵੀ ਇਟਲੀ ਹੈਗੀ? ਹਾਂ, ਇਹ ਸਾਨੂੰ ਪਤਾ ਲੱਗ ਗਿਆ ਸੀਗਾ ਸਾਰਾ ਕੁਛ ਵੀ ਕੁੜੀ ਇਟਲੀ ਆਪਣੇ ਮਾਂ ਬਾਪ ਨਾਲ ਗਈ ਹੋਈ ਹੈ, ਭਰਾ 2 ਇਹਨਾਂ ਦੇ ਜਿਹੜੇ ਇਹਨਾਂ ਤੋਂ ਛੋਟੇ ਸੀਗੇ ਉਹ ਵੀ ਨਾਲ ਸੀਗੇ, ਅਤੇ ਵੀ ਉਹਨਾਂ ਨੇ ਵਿਆਹ ਆ ਕੇ ਇੱਥੇ ਹੀ ਕਰਨਾ ਇੰਡੀਆ ਵਿੱਚ ਹੀ, ਵੀ ਤੁਸੀਂ ਜੇ ਤੁਹਾਨੂੰ ਚੰਗਾ ਲੱਗਦਾ ਰਿਸ਼ਤਾ ਤਾਂ ਤੁਸੀਂ ਦੱਸੋ। ਅੱਛਾ, ਫਿਰ ਭਾਈ ਫਿਰ ਗੱਲਬਾਤ ਤਾਂ ਮਾਂ ਬਾਪ ਨਾਲ ਹੀ ਹੁੰਦੀ ਸੀ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ। ਇਹਨਾਂ ਨੇ ਹਾਂ ਕਰ ਦਿੱਤੀ, ਮੇਰੇ ਮਾਮੇ ਸੀਗੇ ਉਹਨਾਂ ਨੇ ਵੀ ਹਾਂ ਕਰਤੀ ਵੀ ਹਾਂ ਠੀਕ ਹੈ ਅਸੀਂ ਕਰ ਲੈਣਾ। ਚਲੋ ਇਹ ਦੋ ਉਹਨਾਂ ਨੇ ਜਿਹੜੇ ਚਾਚਾ ਜੀ ਸੀਗੇ ਇਹਨਾਂ ਦੇ ਉਹ ਆਏ ਉਰੇ ਸਾਨੂੰ ਸ਼ਗਨ ਪਾ ਗਏ, ਮੈਨੂੰ ਆ ਕੇ ਉਰੇ ਸਾਡੇ ਘਰ ਵੀ। ਚਲੋ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਅਸੀਂ ਮੱਲ ਮਲਾਈ ਕਰ ਲੈਂਦੇ ਹਾਂ ਛੋਟੀ ਜਿਹੀ ਇੱਕ, ਵੀ ਕੱਲ੍ਹ ਨੂੰ ਕਿਤੇ ਇਹ ਵੀ ਨਾ ਕਿਤੇ ਹੋਰ ਪਾਸੇ ਕਰਨਗੇ ਅਸੀਂ ਵੀ ਨਹੀਂ ਕਰਨਗੇ, ਜਦ ਕੁੜੀ ਮੁੰਡਾ ਕੁੜੀ ਆਊਗੀ ਸਾਡੀ ਬਾਹਰੋਂ ਵੀ ਇਕੱਠੇ ਬਿਠਾ ਕੇ ਸ਼ਗਨ ਪਾ ਦੂੰਗੇ। ਇਹ ਆਏ ਜੀ 1998 ਦੇ ਵਿੱਚ ਅਗਸਤ 'ਚ, ਜੁਲਾਈ 'ਚ ਆਏ, ਅਤੇ ਜੁਲਾਈ 'ਚ ਆ ਕੇ ਇਹਨਾਂ ਨੇ ਕਿਆ ਕੀਤਾ, ਇਹਨਾਂ ਨੇ ਸਾਨੂੰ ਇੱਕ ਹਫ਼ਤਾ ਜਿੱਦਾਂ ਵਿਆਹ ਮੰਨ ਲਓ ਇੱਕ ਹਫ਼ਤੇ ਬਾਅਦ ਵਿਆਹ ਵੀ ਪੱਕਾ ਕੀਤਾ ਹੋਇਆ, ਅਤੇ ਇੱਕ ਹਫ਼ਤੇ ਬਾਅਦ ਸਾਨੂੰ ਇੱਕ ਹਫ਼ਤਾ ਪਹਿਲਾਂ ਸਾਨੂੰ ਬੁਲਾ ਲਿਆ ਆਪਣੇ ਘਰ ਵੀ ਅਸੀਂ ਸ਼ਗਨ ਕਰਨਾ ਹੈ। ਅਤੇ ਅਸੀਂ ਪੰਜਾਬ 'ਚ ਗਏ, ਇੱਥੇ ਸਾਰੇ ਮਤਲਬ ਮੇਰੇ ਫਾਦਰ ਸਾਰੇ ਦਾਦਾ ਜੀ, ਉਸ ਟਾਈਮ ਤਾਂ ਮੇਰੇ ਦਾਦਾ ਜੀ ਵੀ ਜਿਉਂਦੇ ਸੀਗੇ, ਅਤੇ ਅਸੀਂ ਜਾ ਕੇ ਉੱਥੇ ਮਤਲਬ ਕਿ ਉਹਨਾਂ ਨੇ ਰਿਸ਼ਤਾ ਰੁਸ਼ਤਾ ਪਾਇਆ, ਸਾਰਾ ਕੁਛ ਕੀਤਾ, ਉੱਥੇ ਰੋਟੀ ਪਾਣੀ ਸਾਰਾ ਕੁਛ ਚੱਲਿਆ। ਸ਼ਾਮ ਨੂੰ ਵਾਪਸ ਆ ਕੇ, ਇੱਕ ਹਫ਼ਤੇ ਬਾਅਦ ਵਿਆਹ ਸੀਗਾ, ਇੱਕ ਹਫ਼ਤੇ ਬਾਅਦ ਵਿਆਹ ਹੋ ਗਿਆ। ਫਿਰ ਵਿਆਹ ਹੋਣ ਤੋਂ ਬਾਅਦ ਇਹਨਾਂ ਨੇ ਮਹੀਨਾ ਕੁ ਇੱਥੇ ਰਹਿਣਾ ਸੀਗਾ, ਮਹੀਨੇ ਬਾਅਦ ਚੱਲ ਜਾਣਾ ਸੀ ਵਾਪਸ, ਅਤੇ ਮਹੀਨਾ ਕੁ ਰਹੇ ਇੱਥੇ ਫਿਰ ਵਾਪਸ ਚਲੇ ਗਏ ਵਿਆਹ ਕਰਾ ਕੇ। ਹਾਂਜੀ। ਅੱਛਾ, ਤੁਸੀਂ ਪੰਜਾਬ ਰਹਿ ਗਏ ਸੀ? ਇੱਥੇ ਰਹਿ ਗਏ? ਮੈਂ ਇੱਥੇ ਰਹਿ ਗਿਆ ਸੀ, ਹਾਂ। ਅੱਛਾ, ਫਿਰ ਉੱਥੇ ਪੇਪਰ ਬਣਾਉਣੇ ਸੀਗੇ ਇਹਨਾਂ ਨੇ ਜਾ ਕੇ। ਅੱਛਾ, ਅਤੇ ਇਹਨਾਂ ਨੇ ਪੇਪਰ ਬਣਾਏ, 8-9 ਮਹੀਨੇ ਲੱਗ ਗਏ ਸੀਗੇ ਇਹਨਾਂ ਦੇ ਪੇਪਰ ਉੱਪਰ ਬਣਨੇ ਨੂੰ, ਅਤੇ 9 ਮਹੀਨੇ ਬਾਅਦ 99 ਦੀ ਜੂਨ 'ਚ ਮੈਂ ਚਲਾ ਗਿਆ ਇੰਡੀਆ ਤੋਂ। ਇਹਨਾਂ ਨੇ ਬੁਲਾ ਲਿਆ ਤੁਹਾਨੂੰ? ਹਾਂਜੀ, ਇਹਨਾਂ ਦੇ ਪੇਪਰ ਇਹਨਾਂ ਨੇ ਭੇਜੇ ਤਾਂ ਵੀਜ਼ਾ ਲੱਗ ਗਿਆ, ਚਲੇ ਗਏ। ਫੈਮਿਲੀ ਵੀਜ਼ਾ ਸੀਗਾ, ਕੋਈ ਨਾ ਕਰਦਾ ਨਹੀਂ ਸੀਗਾ, ਕਿਉਂਕਿ ਇਹਨਾਂ ਨੇ ਆਪਣੇ ਹਸਬੈਂਡ ਨੂੰ ਬੁਲਾਉਣਾ ਸੀ, ਅਤੇ ਚਲੇ ਗਏ। ਉਹ ਤੋਂ ਬਾਅਦ ਜੀ ਉੱਥੇ ਜਾ ਕੇ ਤੁਹਾਨੂੰ ਪਤਾ ਹੀ ਹੈ ਫਿਰ ਉੱਥੇ ਦਾ ਸਟਰਗਲ ਲਾਈਫ ਹੈ,
ਫਿਰ ਉੱਥੇ ਜਾ ਕੇ ਬਾਈ ਕਿਹੜਾ ਕੰਮ ਕਰਿਆ ਤੁਸੀਂ? ਉੱਥੇ ਜਾ ਕੇ ਜੀ ਜਿਹੜੇ ਪਹਿਲਾਂ ਤਾਂ ਇੱਕ ਹਫ਼ਤਾ ਕੁ ਵਿਹਲਾ ਹੀ ਰਹੀ, ਕਾਗਜ਼ ਪੱਤਰ ਬਣਾਉਂਦੇ ਰਹੇ ਕਦੇ ਕਿਤੇ। ਕਿੱਥੇ ਗਏ ਸੀ ਤੁਸੀਂ, ਕਿਹੜੀ ਕੰਟਰੀ? ਇਟਲੀ 'ਚ ਗਏ ਸੀਗੇ। ਅੱਛਾ। ਅਤੇ ਮੇਰਾ ਸਾਲਾ ਕੰਮ ਕਰਦਾ ਸੀਗਾ, ਮੈਂ ਉਹਨੂੰ ਰੋਜ਼ ਕਹੀ ਜਾਂਦਾ, ਮੈਂ ਕਿਹਾ ਯਾਰ ਘਰ ਵਿਹਲੇ ਬੈਠੇ ਹਾਂ, ਕੋਈ ਕੰਮ ਕੁੰਮ? ਉਹ ਕਹਿੰਦਾ ਜੀਜਾ ਕੰਮ ਹੀ ਕਰਨਾ, ਕਹਿੰਦਾ ਸਾਰੀ ਉਮਰ, ਕਹਿੰਦਾ ਘੁੰਮ ਲਿਆ ਡੈਡੀ ਨਾਲ ਚਾਰ ਦਿਨ ਵਿਹਲਾ। ਮੈਂ ਕਿਹਾ ਚਲੋ ਇਹ ਤਾਂ ਮਜ਼ਾਕ ਕਰਦੇ ਹਾਂ ਇੱਕ ਦੂਸਰੇ ਨੂੰ, ਪਰ ਉਹ ਗੱਲਾਂ ਜਿਹੜੀਆਂ ਹੁੰਦੀਆਂ ਉਹ ਸੱਚ ਹੁੰਦੀਆਂ, ਕੋਈ ਇਹਦੇ ਵਿੱਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਅੱਛਾ ਅੱਛਾ। ਫਿਰ ਜੀ ਅਸੀਂ ਜੀ ਉੱਥੇ ਪੱਥਰ ਦੀ ਫੈਕਟਰੀ 'ਚ ਕੰਮ ਕੀਤਾ ਜੀ। ਤੁਸੀਂ? ਹਾਂ, ਹਾਰਡ ਵਰਕ ਸੀਗਾ। ਅਤੇ ਪਹਿਲਾਂ ਚਲੋ ਥੋੜ੍ਹਾ ਜਿਹਾ ਹਲਕੇ ਕੰਮ 'ਤੇ, ਫਿਰ ਜਿੱਦਾਂ ਜਿੱਦਾਂ ਬੰਦਾ ਪੁਰਾਣਾ ਹੁੰਦਾ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਬਈ ਉਹਨੂੰ ਲੈਂਗੁਏਜ ਵਗੈਰਾ ਆਉਣ ਲੱਗ ਗਈ। ਜਾਂ ਅਸੀਂ ਛੇ ਮਹੀਨੇ ਦਾ ਅਸੀਂ ਲੈਂਗੁਏਜ ਦਾ ਕੋਰਸ ਕਰ ਲਿਆ ਸੀ, ਉਹਦੇ ਵਿੱਚ ਸਾਨੂੰ ਲੈਂਗੁਏਜ ਆ ਗਈ। ਫਿਰ ਉੱਥੇ ਜ਼ਿਆਦਾ ਦਿੱਕਤ ਹੁੰਦੀ ਆ ਕਨਵੇਂਸ ਦੀ, ਆਉਣ ਜਾਣ ਦੀ, ਤੁਹਾਨੂੰ ਪਤਾ ਹੀ ਆ ਉੱਥੇ ਬਿਨਾਂ ਲਾਇਸੈਂਸ ਤੋਂ ਕਾਰ ਨਹੀਂ ਬੰਦਾ ਚਲਾ ਸਕਦਾ। ਜਦੋਂ ਸਾਨੂੰ ਲੈਂਗੁਏਜ ਆ ਗਈ ਫਿਰ ਅਸੀਂ 6 ਮਹੀਨੇ ਬਾਅਦ ਲਾਇਸੈਂਸ ਲੈ ਕੇ ਆਪਣੀ ਕਾਰ ਲੈ ਕੇ ਕੰਮ 'ਤੇ ਲੱਗ ਗਏ। ਅੱਛਾ, ਕਿੰਨਾ ਟਾਈਮ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਫਿਰ ਉੱਥੇ? ਇਟਲੀ 'ਚ ਤਾਂ ਵੈਸੇ ਅਸੀਂ 10 ਸਾਲ ਰਹੇ, ਮੈਂ ਪੂਰੇ 10 ਸਾਲ ਮੈਂ ਇਟਲੀ 'ਚ ਰਿਹਾ। ਅਤੇ ਵਿੱਚ ਨੂੰ 2 ਕੁ ਸਾਲ 2-2.5 ਸਾਲ ਬਾਅਦ ਇੰਡੀਆ ਆ ਜਾਂਦੇ ਰਹੇ ਮਿਲਣ ਮਾਂ ਬਾਪ ਨੂੰ, ਜਾਂ ਕੋਈ ਵਿਆਹ ਸ਼ਾਦੀ ਰੱਖ ਲਿਆ ਜਿੱਦਾਂ। ਅੱਛਾ, ਬਾਹਰ ਜਾ ਕੇ ਕੀ ਕੰਮ ਕਰਿਆ ਬਾਈ ਤੁਸੀਂ? ਬਾਹਰ ਜਾ ਕੇ ਜੀ ਪੱਥਰ ਦਾ ਕੰਮ ਕਰਿਆ, ਪੱਥਰ ਫੈਕਟਰੀ ਸੀਗੀ ਉਹਦੇ 'ਚ ਕੰਮ ਕਰਦੇ ਸੀ। ਅਤੇ ਮੈਂ ਅਤੇ ਮੇਰਾ ਸਾਲਾ ਅਸੀਂ ਦੋਨਾਂ ਨੇ ਇਕੱਠਿਆਂ ਹੀ ਕੰਮ ਕਰਨਾ ਅਸੀਂ। ਲਗਾਤਾਰ ਹੀ ਕਰੇ ਜੀ 10 ਸਾਲ। ਛੁੱਟੀ ਆ ਜਾਂਦੀ ਸੀ 40-45 ਦਿਨ ਦੀ ਇੰਡੀਆ ਨੂੰ, ਅਗਸਤ ਦੀਆਂ ਛੁੱਟੀਆਂ ਆ ਜਾਣਾ, 1-2 ਵਾਰ ਦਸੰਬਰ 'ਚ ਵੀ ਆਏ ਹੈ ਜਿੱਦਾਂ ਕੋਈ ਮਨ ਕਰ ਗਿਆ ਵੀ ਦਸੰਬਰ 'ਚ ਦੇਖਣਾ ਜਾ ਕੇ ਇੰਡੀਆ ਕਿਆ ਹੁੰਦਾ। ਮਤਲਬ ਇਹ ਪਲਾਨਿੰਗ ਨਹੀਂ ਸੀਗੀ ਵੀ ਕਦੇ ਅਸੀਂ ਇੰਡੀਆ ਵਾਪਸ ਜਾਵਾਂਗੇ ਪੱਕੇ ਤੌਰ। ਹਾਂ, ਇਹ ਪਲਾਨਿੰਗ ਮੇਰੇ ਫਾਦਰ ਸਾਹਿਬ ਨੇ ਸਾਡੀ ਚੇਂਜ ਕੀਤੀ ਸਾਰੀ। ਅੱਛਾ, ਕਿੰਨਾ ਟਾਈਮ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਫਿਰ ਵੀਰੇ? ਇਟਲੀ ਦੇ ਵਿੱਚ 10 ਸਾਲ ਰਹਿੰਦਾ ਜੀ ਮੈਂ। 10 ਸਾਲ ਦੇ ਵਿੱਚ ਇੰਡੀਆ ਨੂੰ ਵੀ ਚੱਕਰ ਲੱਗਦੇ ਆ ਉੱਦਾਂ ਦਾ ਮਿਲਣ ਵਾਸਤੇ, ਕੋਈ ਵਿਆਹ ਸ਼ਾਦੀ ਆ ਗਿਆ ਉਹਦੇ ਵੀ ਆ ਗਏ 1-2 ਵਾਰੀ। ਅੱਛਾ, ਫਿਰ ਅਤੇ ਜਦੋਂ ਮੈਨੂੰ 2 ਸਾਲ ਹੋ ਗਏ ਨਾ ਜੀ ਗਏ ਨੂੰ, 1.5 ਸਾਲ ਹੋਇਆ ਗਏ ਨੂੰ, ਫਿਰ ਉੱਥੇ ਇਟਲੀ ਦੇ ਵਿੱਚ ਪੇਪਰ ਖੁੱਲ੍ਹੇ ਸੀਗੇ। ਅਤੇ ਭਰਾ ਮੇਰਾ ਇੰਡੀਆ ਸੀਗਾ ਇਹ ਇੱਥੇ, ਮੈਂ ਕਿਹਾ ਚਲੋ ਜਦੋਂ ਬੰਦਾ ਸੋਚਦਾ ਫਿਰ ਸਾਰੀ ਫੈਮਿਲੀ ਬਾਰੇ ਸੋਚਦਾ ਵੀ ਇੱਕ ਤਾਂ ਭਰਾ ਹੈ ਕਿਹੜਾ ਕੋਈ ਜ਼ਿਆਦਾ, ਫਿਰ ਮੈਂ ਇਹਨੂੰ ਇਹਦੇ ਪੇਪਰ ਬਣਾਉਣੇ ਸ਼ੁਰੂ ਕੀਤੇ ਉੱਥੇ ਛੋਟੇ ਭਾਈ ਦੇ। ਹਾਂ, ਇਹਨਾਂ ਦੇ ਪੇਪਰ ਬਣਾ ਕੇ ਜੀ ਇਹਨਾਂ ਨੂੰ, ਇਹਨਾਂ ਦਾ ਵੀਜ਼ਾ ਲਵਾ ਕੇ ਉਹਦੇ 'ਤੇ ਇਹਨਾਂ ਨੂੰ ਲੈ ਗਏ 2001 'ਚ। ਅੱਛਾ। ਅਤੇ 2001 ਵਿੱਚ ਛੋਟੇ ਭਾਈ ਨੂੰ ਬੁਲਾ ਲਿਆ ਉੱਥੇ। ਅੱਛਾ, ਫਿਰ ਇਹ ਵੀ ਲੱਗ ਪਿਆ ਹੁਣ ਵਾਹਵਾਂ 2 ਹੋ ਗਈਆਂ ਕੰਮ ਕਰਨ ਵਾਲੀਆਂ, ਅਤੇ ਇਹ ਵੀ ਲੱਗ ਪਿਆ ਕੰਮ 'ਤੇ, ਜਿੱਥੇ ਕੰਮ ਮਿਲਣਾ ਉੱਥੇ ਇਹਨੇ ਚੱਲ ਜਾਣਾ। ਇਹਨੇ ਕਾਫੀ ਸਟਰਗਲ ਇਹਨੇ ਵੀ ਬਹੁਤ ਕੀਤਾ। ਅਸੀਂ ਤਾਂ ਦੋਨੇ ਸੀਗੇ ਸਾਡੇ। ਫਿਰ ਅੱਗੇ 2000 'ਚ ਮੇਰਾ ਬੜਾ ਬੇਟਾ ਹੋਇਆ, ਉੱਥੇ ਜਨਮ ਲਿੱਤਾ ਉਹਨੇ ਇਟਲੀ 'ਚ। ਹਾਂਜੀ। ਅਤੇ 2003 'ਚ ਫਿਰ ਜਦ ਇਹ ਚਲਾ ਗਿਆ, ਫਿਰ 2003 'ਚ ਛੋਟੇ ਬੇਟੇ ਨੇ ਜਨਮ ਲਿੱਤਾ। ਅੱਛਾ। ਅਤੇ 2003 ਤੋਂ ਬਾਅਦ ਫਿਰ ਇਹਨਾਂ ਦੀ ਵਾਈਫ ਨੂੰ ਬੁਲਾਇਆ, ਭਾਈ ਸਾਹਿਬ ਦੀ ਨੂੰ, ਉਹ ਵੀ ਉੱਥੇ ਬੁਲਾ ਲਿਆ। ਅੱਛਾ, ਮਤਲਬ ਤੁਸੀਂ ਦੋਨੇ ਭਾਈ, ਤੁਹਾਡੇ ਦੋਨੇ ਭਾਈਆਂ ਦੀਆਂ ਪਤਨੀਆਂ, ਤੁਸੀਂ ਸਾਰੇ ਇਟਲੀ ਵਗ ਗਏ? ਸਾਰੇ ਇਟਲੀ ਚਲੇ ਗਏ ਫੈਮਿਲੀ। ਅਸੀਂ ਮਤਲਬ ਕਿ ਦੋਨੇ ਭਰਾ, ਦੋਨੇ ਦੀਆਂ ਘਰ ਵਾਲੀਆਂ, ਮੇਰੇ ਤਾਂ ਬੱਚੇ ਉੱਥੇ ਪੈਦਾ ਹੋਏ ਸੀਗੇ, ਇਹਨਾਂ ਦਾ ਬੇਟਾ ਹੋ ਗਿਆ ਸੀਗਾ ਇੰਡੀਆ ਹੀ, ਫਿਰ ਬੇਟਾ ਵੀ ਚਲਾ ਗਿਆ ਜਦੋਂ ਵਾਈਫ ਚਲੀ ਗਈ। ਅਤੇ ਸਾਰਾ ਮਤਲਬ ਸਾਰਾ ਕੁਛ ਸੈੱਟ ਹੋ ਗਿਆ ਵਧੀਆ, ਵੀ ਚਲੋ ਵੀ ਹੁਣ
ਇੰਡੀਆ ਹੁਣ ਕਿਆ ਕਰਨਾ ਜਾ ਕੇ ਵੀ ਇੰਡੀਆ ਚਲੋ ਦੇਖੀ ਜਾਊਗੀ ਜਦ ਦੇਖਾਂਗੇ ਵੀ ਆਪਾਂ ਇਟਲੀ ਰਹਾਂਗੇ ਇਟਲੀ ਰਹਾਂਗੇ ਅੱਛਾ ਫਿਰ ਇਹ ਸਬੱਬ ਕੀ ਬਣਦਾ ਹੈਗਾ ਵੀ ਤੁਸੀਂ ਸਾਰੇ ਪਰਿਵਾਰ ਤਾਂ ਉੱਥੇ ਜਾ ਕੇ ਸੈੱਟ ਹੋ ਗਿਆ ਅਤੇ ਫਿਰ ਇੱਥੇ ਆਉਣ ਦਾ ਸਬੱਬ ਕੀ ਬਣਿਆ ਤੁਹਾਡਾ ਪੱਕੇ ਤੌਰ 'ਤੇ ਉਹ ਵੀ ਇੱਥੇ ਆਉਣ ਦਾ ਸਬੱਬ ਇਹ ਬਣਿਆ ਵੀ ਅਸੀਂ ਚਾਹੁੰਦੇ ਸੀਗੇ ਵੀ ਸਾਡੇ ਮਾਂ ਬਾਪ ਵੀ ਸਾਡੇ ਨਾਲ ਰਹਿਣ ਕਿਉਂਕਿ ਸਾਡੇ ਚਾਚੇ ਸੀਗੇ ਇੱਥੇ ਉਹ ਉਹਨਾਂ ਨੂੰ ਚਲੋ ਉਹ ਸਾਰਿਆਂ ਤੋਂ ਬੜੇ ਮੇਰੇ ਫਾਦਰ ਸਾਹਿਬ ਸਾਰਿਆਂ 'ਚੋਂ ਬੜੇ ਸੀਗੇ ਉਹਨਾਂ 'ਚ ਉਹੀ ਉਹਨਾਂ ਦਾ ਵੀ ਉਹੀ ਕਰਦੇ ਸੀਗੇ ਅਤੇ ਸਾਡਾ ਵੀ ਅਸੀਂ ਡੈਡੀ ਦਾ ਮੰਮੀ ਦਾ ਮਤਲਬ 2005 'ਚ ਪੇਪਰ ਬਣਾਉਣੇ ਸ਼ੁਰੂ ਕੀਤੇ ਅਤੇ 2006 'ਚ ਇਹਨਾਂ ਦਾ ਵੀਜ਼ਾ ਲੱਗ ਗਿਆ ਮੰਮੀ ਡੈਡੀ ਦਾ ਵੀ ਲੱਗ ਗਿਆ ਹਾਂਜੀ ਇਹ 2006 'ਚ ਗਏ ਸਾਡੇ ਕੋਲ ਅਤੇ ਮੰਮੀ ਡੈਡੀ 2006 'ਚ ਇੰਡੀ ਇੱਥੇ ਇਟਲੀ ਗਏ ਸਾਡੇ ਕੋਲ ਫਿਰ ਡੇਢ ਕੁ ਮਹੀਨਾ ਰਹੇ ਡੇਢ ਮਹੀਨਾ ਮੰਮੀ ਡੈਡੀ ਰਹਿਣ ਤੋਂ ਬਾਅਦ ਇਹ ਜਦੋਂ ਇਹਨਾਂ ਨੇ ਸਾਡਾ ਹਾਰਡ ਵਰਕ ਦੇਖਿਆ ਉੱਥੇ ਛੁੱਟੀਆਂ ਹੋ ਗਈਆਂ ਜਿਸ ਦਿਨ ਮੰਮੀ ਡੈਡੀ ਪਹੁੰਚੇ ਨਾ ਉੱਥੇ ਮੈਨੂੰ ਉਸ ਦਿਨ ਛੁੱਟੀਆਂ ਹੋ ਗਈਆਂ ਤਾਂ ਡੈਡੀ ਜੀ ਘਰ ਬੈਠੇ ਸੀਗੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਮੈਂ ਜਿੱਥੇ ਇਹ ਕੰਮ ਕਰਦੇ ਸੀ ਫੈਕਟਰੀ 'ਚ ਲੈ ਗਿਆ ਗੱਡੀ ਉੱਥੇ ਜਾ ਕੇ ਇਹਨਾਂ ਦੀ ਮਸ਼ੀਨ ਦੇ ਕੋਲ ਲੈ ਗਿਆ ਮੈਂ ਕਿਹਾ ਪਾਪਾ ਜੀ ਇਹ ਕੰਮ ਕਰ ਰਹੇ ਹੈ ਕੋਲ ਖੜਾ ਤਿਲ ਜਾ ਕੇ ਉਹਨੇ ਦੇਖਿਆ ਕਹਿੰਦਾ ਵੀ ਨਹੀਂ ਕਹਿੰਦਾ ਇਹ ਤਾਂ ਬਹੁਤ ਔਖਾ ਕੰਮ ਹੈ ਉਸ ਟਾਈਮ ਕੁਛ ਨੀ ਬੋਲੇ ਘਰ ਆ ਕੇ ਕਹਿੰਦੇ ਕਹਿੰਦੇ ਵੀ ਇੱਦਾਂ ਕਰੋ ਕਹਿੰਦੇ ਵੀ ਆਪਣੇ ਕੱਪੜੇ ਕੁਪੜੇ ਚੱਕੋ ਬੈਗ ਭਰਨੋ ਆਪਣੇ ਚੱਲੋ ਇੰਡੀਆ ਆਪਣੇ ਟੇਚੀ ਚੱਕ ਤੇ ਇੰਡੀਆ ਚੱਲ ਨਾਲੇ ਹਾਂਜੀ ਫਿਰ ਚਲੋ ਅਸੀਂ ਸਲਾਹ ਕੀਤੀ ਮੈਂ ਕਿਹਾ ਚਲੋ ਸਾਲ ਦੋ ਸਾਲ ਲਾ ਲੈਣਾ ਤੋ ਸਾਨੂੰ ਉਸ ਤੋਂ ਬਾਅਦ ਮੈਂ ਕਿਹਾ ਇੱਕ ਜਣਾ ਆ ਜਾਊਗਾ ਤੁਹਾਡੇ ਕੋਲ ਇੱਕ ਜਣਾ ਇੱਥੇ ਰਹੂਗਾ ਫਿਰ ਅਸੀਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮਕਾਨ ਕੰਪਲੀਟ ਕਰ ਲਓ ਵੀ ਮਕਾਨ ਬਣਾ ਲਓ ਵੀ ਤੁਸੀਂ ਤੁਹਾਡਾ ਡਿਸੀਜਨ ਹੈਗਾ ਭਾਪਾ ਜੀ ਦਾ ਵੀ ਇੰਡੀਆ ਹੀ ਜਾ ਕੇ ਰਹਿਣਾ ਹੈ ਮੈਂ ਅੱਛਾ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਤੁਸੀਂ 98 'ਚ ਜਾਂਦੇ ਹੋ ਹੈ ਨਾ ਹਾਂਜੀ ਅਤੇ ਤੁਹਾਨੂੰ 7-8 ਸਾਲ ਹੋ ਗਏ ਹੁੰਦੇ ਇਟਲੀ ਦੇ ਵਿੱਚ ਰਹਿੰਦੇ ਨੂੰ ਹੈ ਨਾ ਹਾਂਜੀ ਅਤੇ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਕੋਲ ਆ ਕੇ ਇਹ ਕਹਿਤਾ ਵੀ ਤੂੰ ਚੱਲ ਯਾਰ ਇਹ ਕੰਮ ਠੀਕ ਨਹੀਂ ਹੈ ਅਤੇ ਫਿਰ ਉਦੋਂ ਤੁਹਾਨੂੰ ਆਪਣੇ ਬਾਪੂ ਨੂੰ ਤੁਸੀਂ ਸਮਝਾਇਆ ਨਹੀਂ ਹੈਗਾ ਵੀ ਨਹੀਂ ਇੱਥੇ ਠੀਕ ਆ ਇੱਥੇ ਬਾਲ ਬੱਚੇ ਹੋ ਗਏ ਇੱਥੇ ਘਰ ਵਾਲੀ ਇੱਥੇ ਆਪਣਾ ਛੋਟਾ ਭਾਈ ਵੀ ਸੈੱਟ ਆ ਹਿੰਮਤ ਨਹੀਂ ਹੋਈ ਕਹਿਣੇ ਜੀ ਹਿੰਮਤ ਨਹੀਂ ਹੋਈ ਬਾਪੂ ਨੂੰ ਕਹਿਣ ਉਹਨਾਂ ਨੇ ਕਹਿੰਦਾ ਕਹਿੰਦਾ ਬਸ ਹੋ ਗਿਆ ਠੀਕ ਹੈ ਸੁਭਾਅ ਇਸ ਤਰ੍ਹਾਂ ਦਾ ਤਾ ਵੀ ਜੋ ਗੱਲ ਕਹਿੰਦੇ ਤੇ ਉਹ ਬਹੁਤ ਸੀਰੀਅਸਲੀ ਕਹਿੰਦੇ ਤੇ ਬੜੇ ਆਰਾਮ ਨਾਲ ਕਹਿੰਦੇ ਤੇ ਅੱਛਾ ਫਿਰ ਤੁਸੀਂ ਅੱਗੇ ਕੀ ਫੈਸਲਾ ਕਰਦੇ ਹੋ ਜਦੋਂ ਤੁਹਾਨੂੰ ਬਾਪੂ ਨੇ 2008 'ਚ ਇਹ ਕਹਿਤਾ ਵੀ ਚੱਲ ਹੁਣ ਚੱਲੀ ਮੈਂ ਕੋਈ ਗੱਲ ਨਹੀਂ ਬਾਪਾ ਜੀ ਵੀ ਤੁਹਾਡਾ ਫੈਸਲਾ ਹੈਗਾ ਹਾਂ ਵੀ ਆਪਾਂ ਕੋਈ ਗੱਲ ਨਹੀਂ ਵੀ 2-4 ਦਿਨ ਦਿਓ ਸਾਨੂੰ ਅਸੀਂ ਸੋਚਦੇ ਹਾਂ ਫਿਰ ਅਸੀਂ ਮੈਂ ਵਾਈਫ ਨਾਲ ਆਪਣੀ ਨਾਲ ਗੱਲ ਕਰੀ ਮੈਂ ਕਿਹਾ ਬਾਪਾ ਜੀ ਇੱਦਾਂ ਕਹਿੰਦੇ ਆ ਵੀ ਇੰਡੀਆ ਰਹਿਣਾ ਕਹਿੰਦੇ ਠੀਕ ਆ ਕਹਿੰਦੇ ਜਿੱਦਾਂ ਕਹਿੰਦੇ ਉੱਦਾਂ ਕਰ ਲਓ ਕਹਿੰਦੀ ਕੋਈ ਗੱਲ ਨਹੀਂ ਫਿਰ ਇਹਨਾਂ ਨੇ ਕਿਹਾ ਵੀ ਮੇਰੀ ਵਾਈਫ ਨੇ ਵੀ ਆਪਾਂ ਬੱਚੇ ਲੈ ਕੇ ਮੈਂ ਚਲੇ ਜਾਂਦੀ ਹਾਂ ਇੰਡੀਆ ਅਤੇ
2007 ਵਿੱਚ ਇਹਨਾਂ ਦੀਆਂ ਟਿਕਟਾਂ ਬਣਾਤੀਆਂ, ਫਿਰ ਉਹ ਬੜੇ ਵਧੀਆ ਖੁਸ਼ੀ ਖੁਸ਼ੀ ਲੈਣ ਗਏ ਇਹਨਾਂ ਨੂੰ ਏਅਰਪੋਰਟ 'ਤੇ ਅੰਮ੍ਰਿਤਸਰ। ਅੱਛਾ ਭਾਣੀ, ਉਹ ਕੀ ਕਿੱਸਾ ਬਣਦਾ, ਤੁਹਾਡੇ ਹਸਬੈਂਡ ਤੁਹਾਨੂੰ ਕਹਿੰਦੇ ਆ ਵੀ ਤੇਰੇ ਸਹੁਰਾ ਸਾਹਿਬ ਨੇ ਇਹ ਗੱਲ ਆਖੀ ਹੈ ਵੀ ਚਲੋ ਤੁਸੀਂ ਹੈ ਨਾ ਸਾਰੇ ਇੰਡੀਆ ਚਲੋ ਵਾਪਸ, ਇੱਥੇ ਕੰਮ ਬਹੁਤ ਔਖਾ ਗਾ, ਅਤੇ ਤੁਸੀਂ ਇਹ ਗੱਲ ਦਾ ਗੁੱਸਾ ਨਹੀਂ ਮਨਾਇਆ ਵੀ ਸਾਡਾ ਮੇਰਾ ਸਾਰਾ ਪਰਿਵਾਰ ਇੱਥੇ ਸੈੱਟ, ਮੈਂ ਇਹਨਾਂ ਨੂੰ ਲੈ ਕੇ ਆਈ, ਮੈਂ ਇਹਨਾਂ ਨੂੰ ਇੱਥੇ ਇਟਲੀ ਸੈੱਟ ਕੀਤਾ, ਅਤੇ ਫਿਰ ਕਹਿੰਦੇ ਆ ਵੀ ਚਲ ਵਾਪਸ ਹੁਣ? ਵੀ ਦੇਖੋ ਜਿੱਦਾਂ ਪਾਪਾ ਜੀ ਨੇ ਕਿਹਾ ਪੇ ਵੀ ਇਕੱਲੇ ਸੀਗੇ ਪਿੱਛੇ, ਫਿਰ ਕਹਿੰਦੇ ਬੱਚੇ ਵੀ ਅੱਛੇ ਸਕੂਲਾਂ 'ਚ ਲਾਉਂਗੇ, ਵੀ ਬੱਚੇ ਉਰੇ ਪੜ੍ਹਾਵਾਂਗੇ ਆਪਾਂ, ਵੀ ਸਾਡਾ ਵੀ ਦਿਲ ਲੱਗਿਆ ਰਹੂਗਾ। ਅੱਛਾ, ਫਿਰ ਮੈਨੂੰ ਕੋਈ ਗੁੱਸਾ ਨਹੀਂ ਲੱਗਿਆ ਹੈਗਾ, ਕੋਈ ਗੁੱਸਾ ਨਹੀਂ ਲੱਗਿਆ, ਕੋਈ ਗੁੱਸਾ ਨਹੀਂ। ਅੱਛਾ, ਦੋਵੇਂ ਜਾਣੇ ਸੀਗੇ ਮੰਮੀ ਔਰ ਡੈਡੀ, ਪਾਪਾ ਜੀ ਇੱਥੇ ਰਹਿੰਦੇ? ਹਾਂਜੀ, ਫਿਰ ਬਹੁਤ ਵਧੀਆ ਰਹੇ ਆ ਬੱਚੇ ਆ ਕੇ ਨਾਲ। ਅੱਛਾ, ਤੁਸੀਂ ਇਹ ਗੱਲ ਦਾ ਕੋਈ ਗੁੱਸਾ ਨਹੀਂ ਮਨਾਇਆ, ਅਤੇ ਤੁਸੀਂ ਆਪਣੇ ਸਹੁਰਾ ਸਾਹਿਬ ਦੀ ਗੱਲ ਮੰਨ ਕੇ ਉਹ ਇਟਲੀ ਉੱਥੋਂ ਛੱਡੇ ਆਏ? ਨਾ ਨਾ, ਅਸੀਂ ਗੁੱਸਾ ਕਿਉਂ ਮਨਾਉਣਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸੀਂ ਕਦ ਗਏ ਕਦ ਆ ਗਏ। ਅੱਛਾ ਅੱਛਾ, ਜਿਵੇਂ ਤੁਹਾਡੇ ਭਾਈ ਨੇ ਤੁਹਾਨੂੰ ਆਖਿਆ ਵੀ ਮੈਨੂੰ ਬਾਪੂ ਨੇ ਕਹਿਤਾ ਵੀ ਦੋਨਾਂ ਚੋਂ ਇੱਕ ਜਾਣਾ ਕੋਈ ਇਟਲੀ ਤੋਂ ਵਾਪਸ ਚੱਲੋ, ਮੇਰੇ ਨਾਲ ਚੱਲੋ ਤੁਸੀਂ, ਇਹਦਾ ਕੰਮ ਔਖਾ ਤਾਂ ਇਹਨਾਂ ਨੂੰ ਕਿਹਾ ਸੀ ਪਹਿਲਾਂ? ਅੱਛਾ, ਇਹਨਾਂ ਦਾ ਕੰਮ ਨਾ ਥੋੜਾ ਜਿਹਾ ਹਾਰਡ ਵਰਕ ਸੀਗਾ, ਜਿੱਦਾਂ ਪੱਥਰ ਦਾ ਕੰਮ ਸੀਗਾ ਉਹ ਚੱਕ ਕੇ ਰੱਖਣਾ, ਕਿਤੇ ਗੁਰੂ ਨਾਲੇ ਚੱਕਦੇ ਸੀਗੇ ਚਾਹੇ ਕਿਸੇ ਤਰ੍ਹਾਂ ਵੀ ਚੱਕਦੇ ਸੀਗੇ, ਪਰ ਹੈ ਉਹ ਥੋੜਾ ਹਾਰਡ ਵਰਕ ਥਾ। ਤੁਹਾਡੇ ਫਾਦਰ ਸਾਹਿਬ ਤੋਂ ਦੇਖਣਾ ਬਰਦਾਸ਼ਤ ਨਹੀਂ ਹੋਇਆ ਹਨਾ? ਹਾਂਜੀ, ਉਹਨਾਂ ਜਦ ਦੇਖਿਆ ਨਾ ਪੱਥਰ ਬਹੁਤ ਵੱਡਾ ਸੀਗਾ ਮਸ਼ੀਨ 'ਤੇ, ਉਹ ਜਦ ਦੇਖਿਆ ਕਹਿੰਦਾ ਵੀ ਯਾਰ ਪੱਥਰ ਬਹੁਤ ਵੱਡਾ, ਕਹਿੰਦਾ ਟੁੱਟ ਜੇ ਸਿਰ 'ਚ ਲੱਗ ਜੇ ਫਲਾਣਾ ਹੋ ਜੇ, ਕਹਿੰਦਾ ਵੀ ਨਹੀਂ, ਕਹਿੰਦਾ ਜਿੱਦਾਂ ਮਾਂ ਆਪਣੇ ਬੱਚੇ ਦੀ ਹਰੇਕ ਨੂੰ ਚਿੰਤਾ ਹੁੰਦੀ ਹੈ, ਤਾਂ ਉਹਨਾਂ ਨੂੰ ਚਿੰਤਾ ਹੋ ਗਈ ਵੀ ਯਾਰ ਕੱਲ੍ਹ ਨੂੰ ਮੰਨ ਲਓ ਇਹ ਕੰਮ ਕਰਦੇ ਇੱਥੇ ਕੋਈ ਸੱਟ ਪੇਟ ਲੱਗ ਜਾਂਦੀ ਹੈ, ਸਾਰੀ ਉਮਰ ਨੂੰ ਕੱਜ ਪੈ ਜਾਣਾ, ਅਤੇ ਮੰਜੇ 'ਤੇ ਪਿਆ ਰਹੂਗਾ, ਲੱਤ ਬਾਂਹ ਟੁੱਟ ਗਈ ਗਿਰਦੇ ਦੀ ਚੜ੍ਹਦਿਆਂ ਦੀ ਉੱਪਰ, ਜਾਂ ਕੋਈ ਵੈਸੇ ਹੀ ਹੈਪਨਿੰਗ ਹੋ ਗਈ ਕੰਪਨੀ ਦੇ ਵਿੱਚ, ਅਤੇ ਉਹਨਾਂ ਨੇ ਉਹ ਸਾਰੀ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜੇ ਤੁਹਾਨੂੰ ਆਹ ਕੰਮ ਪਾਪਾ ਜੀ ਪਸੰਦ ਨਹੀਂ, ਮੈਂ ਕਿਹਾ ਤਾਂ ਮੈਂ ਕੋਈ ਹੋਰ ਕਰ ਲੈਂਦਾ। ਉਹ ਕਹਿੰਦਾ ਚੱਲ ਤੂੰ ਇੱਕ ਵਾਰੀ, ਕਹਿੰਦਾ ਨਿਆਣੇ ਭੇਜ, ਕਹਿੰਦਾ ਫਿਰ ਦੇਖਦੇ ਹਾਂ। ਬੱਚੇ ਭੇਜੇ ਵਾਪਸ? ਭੇਜਦੇ ਤੁਸੀਂ? ਹਾਂ, 2007 'ਚ ਭੇਜ ਦਿੱਤੇ ਵਾਪਸ। ਅੱਛਾ, ਇਹ ਕੀ ਗੱਲ ਸੀ ਤੁਸੀਂ ਦੱਸਿਓ? ਉਹਨਾਂ ਨੇ ਕਿਹਾ ਸੀਗਾ ਵੀ ਇੱਕ ਫੈਮਿਲੀ ਆ ਜਾਓ, ਇਹਨਾਂ ਨੂੰ ਵੀ ਇੱਕ ਫੈਮਿਲੀ ਲਿਆ ਜਾਓ ਬੜੇ ਵਾਲੇ ਨੂੰ, ਇਹਨਾਂ ਨੂੰ ਕਿਹਾ ਸੀਗਾ। ਫਿਰ ਮੈਂ ਆਪਣੇ ਬੱਚੇ ਲੈ ਕੇ ਆ ਗਈ ਸੀਗਾ, ਇੱਥੇ ਵਾਪਸ ਆ ਗਈ, ਵਾਪਸ ਆ ਗਈ 2007 ਵਿੱਚ। ਫਿਰ ਇਹਨਾਂ ਦਾ ਐਡਮਿਸ਼ਨ ਕਰਾਏ, ਪਰ ਬੱਚਿਆਂ ਦਾ ਪਾਣੀ ਵੀ ਪਤਲ ਹੋ ਗਿਆ ਸੀਗਾ, ਬਹੁਤ ਬਿਮਾਰ ਇਹ ਦੋਨੋਂ ਬੇਟੇ ਮੇਰੇ। ਇਹਨਾਂ ਦੇ ਬਾਏ ਬਰਥ ਉੱਥੇ ਦਾ ਸੀਗਾ। ਅੱਛਾ, ਇੱਕ ਗੱਲ ਤਾਂ ਹੈ, ਤੁਸੀਂ ਇੰਨੇ ਇੱਕ ਗੱਲ ਹੈਗੀ ਹੈ ਨਾ, ਤੁਸੀਂ ਇੰਨੇ ਕਾਗਿਆਕਾਰੀ ਰਹੇ, ਤੁਸੀਂ ਆਪਣੇ ਫਾਦਰ ਸਾਹਿਬ ਦੇ ਕਹਿਣ ਤੇ ਇੱਥੇ ਵਾਪਸ ਆ ਗਏ ਹਨਾ? ਨਹੀਂ, ਕੋਈ ਹੋਰ ਬੱਚਾ ਹੁੰਦਾ ਉਹਨੇ 100 ਵਾਰੀ ਇਹ ਕਹਿਣਾ ਸੀ ਵੀ ਨਹੀਂ ਬਾਪੂ ਤੇਰਾ ਜੀ ਲੱਗਦਾ ਉੱਥੇ ਲੱਗੇ, ਨਹੀਂ ਲੱਗਦਾ ਨਾ ਲੱਗੇ, ਸਾਡੀ ਇੱਥੇ ਜ਼ਿੰਦਗੀ ਸੈੱਟ ਆ, ਅਸੀਂ ਇੱਥੇ ਰਹਾਂਗੇ ਹਨਾ, 6 ਮਹੀਨਿਆਂ 'ਚ ਸਾਲ 'ਚ ਇੱਕ ਵਾਰ ਤੁਹਾਡੇ ਕੋਲ ਗੇੜਾ ਮਾਰ ਜਾਇਆ ਕਰਾਂਗੇ, ਇੰਨਾ ਕੁ ਅਸੀਂ ਕਰ ਸਕਦੇ ਹਾਂ। ਮਾਤਾ ਜੀ ਬੈਠੇ ਆ, ਇਹ ਵੀ ਨਾਲੇ ਸੀਗੇ ਬਾਹਰ ਜਦੋਂ ਉਹਨਾਂ ਨੇ ਗੱਲਾਂ ਸਾਨੂੰ ਸਮਝਾਈਆਂ ਸਾਰੀ, ਇੱਦਾਂ ਹੀ ਟੇਬਲ 'ਤੇ ਬੈਠੇ ਸੀ ਰੋਟੀ ਖਾ ਰਹੇ ਤੇ ਸਾਰੇ, ਕਹਿੰਦੇ ਵੀ ਕੋਈ ਗੱਲ ਨਹੀਂ, ਕਹਿੰਦੇ ਤੁਸੀਂ ਉਰੇ ਆਏ ਤਾਂ ਬਹੁਤ ਵਧੀਆ ਹੈ, ਅੱਛਾ ਹੈ, ਸਾਰਾ ਕੁਛ ਠੀਕ ਹੈ, ਕਹਿੰਦਾ ਸਾਫ਼ ਸਫਾਈ ਬਥੇਰੀ ਹੈ, ਖਾਣਾ ਪੀਣਾ ਅੱਛਾ ਹੈ। ਮੈਂ ਕਿਹਾ ਪਾਪਾ ਜੀ ਉੱਤੇ ਖਾਣੇ ਪੀਣੇ ਦਾ ਵੀ ਦਿੱਕਤ ਹੈ ਵੀ ਨਿਆਣੇ ਦਾ ਦਿਲ ਨਹੀਂ ਲੱਗਣਾ ਉੱਥੇ, ਬਿਮਾਰ ਹੋ ਜਾਣੇ ਜਾ ਕੇ ਇਹ, ਅਤੇ ਉਹ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਇੱਕ ਵਾਰੀ ਪਾਣੀ ਬਦਲਤਾ ਹੋਣਾ ਹੀ ਹੈ, ਕਹਿੰਦਾ ਇਹਨਾਂ ਦਾ। ਅੱਛਾ, ਫਿਰ ਤੁਸੀਂ ਬਾਈ ਕਦੋਂ ਵਾਪਸ ਆਉਂਦੇ ਹੋ, ਤੁਹਾਡਾ ਪਰਿਵਾਰ ਤਾਂ ਇੱਥੇ ਵਾਪਸ ਆ ਜਾਂਦਾ? ਮੈਂ 2008 'ਚ ਆ ਗਿਆ ਸੀ ਮਾਰਚ 'ਚ। ਤੁਸੀਂ ਵੀ ਆ ਗਏ? ਹਾਂਜੀ, 7 'ਚ ਬੱਚੇ ਆ ਗਏ ਸੀਗੇ, ਇੱਕ ਸਾਲ ਬਾਅਦ ਫਿਰ ਮੈਂ ਆ ਗਿਆ, ਮੈਂ ਕਿਹਾ ਯਾਰ ਮੇਰਾ ਵੀ ਨਹੀਂ ਦਿਲ ਲੱਗਦਾ ਹੁਣ, ਅਤੇ ਮੈਂ ਵੀ, ਮੈਂ ਕਿਹਾ ਚੱਲਿਆ ਫਿਰ। ਅੱਛਾ, ਫਿਰ ਤੁਹਾਡਾ ਭਰਾ? ਹਾਂਜੀ ਹਾਂਜੀ, ਦੱਸੋ। ਫਿਰ ਇਹਨਾਂ ਨੂੰ ਮੈਂ ਸਾਰਾ ਕੁਛ ਛੱਡਿਆ ਉੱਥੇ, ਜੋ ਛੋਟੇ ਭਾਈ ਨੂੰ? ਹਾਂ,
ਮੈਂ ਕਿਹਾ ਭਰਾਵਾ ਤੂੰ ਸਾਂਭ ਹੁਣ, ਮੈਂ ਕਿਹਾ ਮੈਂ ਉੱਥੇ ਦੇਖਦਾ ਜਾ ਕੇ ਵੀ ਹੁਣ ਨਾਲ ਤਾਂ ਨਿਆਣਿਆਂ ਬਿਨਾ ਦਿਲ ਲੱਗਦਾ, ਮੈਂ ਕਿਹਾ ਵੀ ਮੈਂ ਚੱਲਾਂ। ਹਾਂ ਅੱਛਾ ਬਾਈ ਹਰਵਿੰਦਰ, ਤੁਸੀਂ ਜਦੋਂ ਤੁਹਾਡਾ ਵੱਡਾ ਭਾਈ ਉੱਥੋਂ ਇਟਲੀ ਤੋਂ ਵਾਪਸ ਆ ਗਿਆ, ਤੁਸੀਂ ਤੇ ਤੁਹਾਡੇ ਘਰ ਵਾਲੀ ਤੇ ਤੁਹਾਡਾ ਬੱਚਾ ਉੱਥੇ ਰਹਿ ਗਿਆ ਹਨਾ, ਤੇ ਫਿਰ ਤੁਹਾਡੇ ਦਿਮਾਗ 'ਚ ਕੀ ਆਇਆ ਤੇ ਤੁਸੀਂ ਵੀ ਆ ਗਏ? ਨਹੀਂ ਸਾਨੂੰ ਤਾਂ ਏਦਾਂ ਨਾ, ਫਿਰ ਉਸ ਤੋਂ ਬਾਅਦ ਸਾਡਾ ਟਾਈਮ ਪਾਸ ਨਹੀਂ ਕਰਾਉਂਦਾ ਘਰ ਦੇ ਵਿੱਚ। ਹੁਣ ਦੇਖੋ ਇੱਕ ਪਰਿਵਾਰ ਹੈਗਾ, ਦੋ ਭਾਈ ਹੈ, ਬੱਚੇ ਹੈ, ਭਾਈ ਦੇ ਬੱਚੇ ਹੈ, ਭਰਜਾਈ ਹੈ, ਮੇਰੇ ਬੱਚੇ ਹੈ, ਹੁਣ ਸਾਨੂੰ ਤਾਂ ਅਸੀਂ ਦੋ ਰਹਿ ਗਏ, ਬੱਚੇ ਸਾਡੇ ਛੋਟੇ ਸੀਗੇ ਤੇ ਵੱਡਾ ਭਾਈ ਆ ਗਿਆ। ਵੱਡਾ ਭਾਈ ਆ ਗਿਆ, ਸਾਨੂੰ ਤਾਂ ਏਦਾਂ ਹੋ ਗਿਆ ਵੀ ਇਟਲੀ 'ਚ ਰਿਹਾ ਕੱਖ ਨਹੀਂ ਹੈਗਾ। ਅੱਛਾ ਇਹ ਰੋਂਦਾ ਹੁੰਦਾ ਸੀਗਾ ਜਦੋਂ ਇਹਨਾਂ ਨੇ ਮੇਰੇ ਕੋਲ ਫੋਨ ਕਰਨਾ ਨਾ, ਮੈਂ ਬਾਹਰ ਹੀ ਘਰ ਆ ਕੇ ਫੋਨ ਨਹੀਂ ਸੁਣਦਾ, ਮੈਂ ਬਾਹਰ ਹੀ ਜਦੋਂ ਫੋਨ ਸੁਣਦਾ ਨਾ ਇਹਨੇ ਰੋਣਾ, ਵੀਰੇ ਮੇਰਾ ਦਿਲ ਨਹੀਂ ਲੱਗਦਾ, ਮੈਂ ਕਿਆ ਕਰਾਂ। ਮੈਂ ਕਿਹਾ ਯਾਰ ਤੂੰ ਵੀ ਚੱਲ ਕੋਈ ਗੱਲ ਨਹੀਂ ਵੀ ਥੋੜ੍ਹਾ ਟਾਈਮ ਕੱਢ ਲੈ, ਥੋੜ੍ਹਾ ਟਾਈਮ ਹੋਰ ਕੱਢ ਲੈ ਵੀ। 2008 ਦੀਆਂ ਹੀ ਗੱਲਾਂ ਇਹ, 2008 'ਚ ਜਦੋਂ ਫਾਦਰ ਨਵੰਬਰ 'ਚ ਅਟੈਕ ਹੋਇਆ ਪਾਪਾ ਜੀ ਨੂੰ, ਫਿਰ ਇਹ ਵੀ ਆਇਆ ਇੰਡੀਆ ਉਦੋਂ ਪਾਪਾ ਜੀ ਦੇ ਸੰਸਕਾਰ ਵਗੈਰਾ 'ਤੇ, ਫਿਰ ਇਹ ਵਾਪਸ ਚਲਾ ਗਿਆ। ਫਿਰ ਇਹਦੀ ਹਮੇਸ਼ਾ ਹੀ ਕਾਲ ਹਫ਼ਤੇ ਬਾਅਦ ਇਹੀ ਆਉਂਦੀ ਸੀ ਵੀਰੇ ਮੇਰਾ ਦਿਲ ਨਹੀਂ ਲੱਗਦਾ, ਵੀਰੇ ਮੇਰਾ ਦਿਲ ਨਹੀਂ ਲੱਗਦਾ। ਅੱਛਾ ਕੀ ਗੱਲ ਸੀ ਬਾਈ ਉਹ? ਦੇਖੋ ਇੱਕ ਤਾਂ ਇੱਥੇ ਆ ਭਾਈ ਸਾਹਿਬ ਆਏ ਆ, 6 ਮਹੀਨੇ ਬਾਅਦ ਫਾਦਰ ਦੀ ਡੈਥ ਹੋ ਗਈ, ਗੁੜੀਆ ਸੀ ਮੇਰੇ ਕੋਲ, ਗੁੜੀਆ ਉਸ ਟਾਈਮ ਮਹੀਨੇ ਦੀ ਸੀ ਇਟਲੀ ਦੇ ਵਿੱਚ। ਹਾਂਜੀ, ਤਾਂ ਜਿਸ ਟਾਈਮ ਰਾਤ ਨੂੰ ਕਾਲ ਗਈ ਕਹਿੰਦੇ ਵੀ ਇੱਦਾਂ ਕਰਕੇ ਗੱਲ ਹੋ ਗਈ, ਫਿਰ ਮੈਂ ਰਾਤੋ ਰਾਤ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ, ਸਾਰੇ ਆ ਗਏ। ਹੁਣ ਉੱਥੇ ਜਿੱਥੇ ਮੈਂ ਕੰਮ ਕਰਦਾ ਸੀਗਾ ਮੈਂ ਮਾਲਕ ਨੂੰ ਫੋਨ ਕੀਤਾ ਸਭ ਤੋਂ ਪਹਿਲਾਂ, ਮੈਂ ਕਿਹਾ ਇੱਦਾਂ ਕਰਕੇ ਗੱਲ ਹੋ ਗਈ, ਕਿਉਂਕਿ ਜੋ ਫੈਕਟਰੀ ਸੀ ਨਾ ਜਿੱਥੇ ਮੈਂ ਕੰਮ ਕਰਦਾ ਸੀ, ਮੇਰਾ ਲੇਦਰ ਦਾ ਕੰਮ ਸੀਗਾ ਉੱਥੇ, ਉਸ ਕੰਪਨੀ ਨੂੰ ਸਵੇਰੇ ਮੈਂ ਖੋਲ੍ਹਣੀ ਜਾ ਕੇ ਮੈਂ ਹੀ ਬੰਦ ਕਰਨੀ ਸੀ ਆਮ ਨੂੰ। ਇਹ ਮੇਨ ਬੰਦਾ ਕੰਪਨੀ? ਅੱਛਾ ਫਿਰ ਛੁੱਟੀ ਨਹੀਂ ਮਿਲੀ ਜਾਂ? ਨਾ 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 ਛੁੱਟੀ, ਇੱਥੇ ਉਹਦਾ ਮਾਲਕ ਆਪ ਏਅਰਪੋਰਟ ਤੇ ਛੱਡਣ ਆਇਆ ਸੀ, ਉਹ ਤਾਂ ਆਪ ਕਹਿੰਦਾ ਸੀਗਾ ਜੋ ਚਾਹੀਦਾ ਲੈ ਜਾ ਕਹਿੰਦਾ ਜਾ। ਅੱਛਾ ਨਹੀਂ ਫਿਰ ਜਦੋਂ ਤੁਹਾਡੇ ਫਾਦਰ ਸਾਹਿਬ ਦੀ ਵੀ ਇੱਥੇ ਮੌਤ ਹੋ ਗਈ, ਤੁਸੀਂ ਦੱਸਦੇ ਹੋ ਵੀ ਬਾਈ ਨੂੰ ਤੁਸੀਂ ਆਪਣੇ ਭਰਾ ਨੂੰ ਰੋ ਕੇ ਫੋਨ ਕਰਦੇ ਹੁੰਦੇ ਸੀ ਵੀ ਬਾਈ ਇੱਥੇ ਮੇਰਾ ਜੀ ਨਹੀਂ ਲੱਗਦਾ? ਉਸ ਟਾਈਮ ਤੇ ਇੱਦਾਂ ਹੁੰਦਾ ਨਾ ਜਿੱਦਾਂ ਚਲੋ ਜਾਣਾ ਘਰ ਘਰ ਜਾਣਾ, ਸਵੇਰੇ ਨਿਕਲ ਜਾਣਾ ਸ਼ਾਮ ਨੂੰ ਆਉਣਾ ਘਰ, ਉਹੀ ਹਾਲਾਤ ਜਿਹੜੇ ਹੈਗੇ ਆ, ਮਤਲਬ ਘਰ ਦੇਖਣਾ ਨਹੀਂ ਕੁਛ ਨਹੀਂ ਹੈਗਾ ਵੀ ਹਾਂ ਅੱਜ ਤਾਂ ਇਕੱਲੇ ਰਹਿ ਗਏ ਇੱਥੇ। ਹੁਣ ਰਿਸ਼ਤੇਦਾਰ ਹੈ, ਰਿਸ਼ਤੇਦਾਰ ਵੀ ਦੂਰ ਹੈ, ਕੋਈ 2 ਕਿਲੋਮੀਟਰ ਕੋਈ 4 ਕਿਲੋਮੀਟਰ, ਡੇਲੀ ਤਾਂ ਕਿਸੇ ਦੇ ਆ ਜਾ ਨਹੀਂ ਸਕਦੇ ਹੈਗੇ। ਇਹਨਾਂ ਨੂੰ ਜਿਹੜਾ ਮੋਹ ਪਿਆਰ ਸੀਗਾ ਜ਼ਿਆਦਾ ਸੀਗਾ ਸਾਡਾ ਆਪਸ ਦੇ ਵਿੱਚ, ਰਿਸ਼ਤੇਦਾਰੀਆਂ ਜਾਂਦੇ ਸੀਗੇ ਪਰ ਹਫ਼ਤੇ ਬਾਅਦ ਜਾਂ 15 ਦਿਨ ਬਾਅਦ ਜਾਣਾ ਇਕੱਠਿਆਂ ਨੇ ਜਿੱਥੇ ਵੀ ਜਾਣਾ। ਅੱਛਾ ਤੁਸੀਂ ਬਾਈ ਇਹ ਵੀ ਗੱਲ ਵੀ ਦੱਸਦਾ ਵੀ ਤੁਸੀਂ ਤੁਹਾਡੇ ਭਰਾ ਨੂੰ ਤੁਸੀਂ ਫੋਨ ਕਰਿਆ ਤੇ ਤੁਹਾਡੇ ਭਰਾ ਨੇ ਤੁਹਾਨੂੰ ਆਖਿਆ ਵੀ ਇੱਥੇ ਹੋਰ ਰਿਸ਼ਤੇਦਾਰੀਆਂ ਤਾਂ ਹੈਗੀਆਂ, ਤੁਸੀਂ ਆਖਿਆ ਵੀ ਰਿਸ਼ਤੇਦਾਰੀਆਂ ਤਾਂ ਹੈਗੀਆਂ ਪਰ ਭਰਾ ਤਾਂ ਹੈ ਨਹੀਂ ਇੱਥੇ, ਹੈ ਨਾ? ਨਹੀਂ ਦੇਖੋ ਉਹੀ ਚੀਜ਼ਾਂ ਨੇ, ਹੁਣ ਜੋ ਭਾਈ ਨੇ ਪਿਆਰ ਕਰਨਾ ਅਸੀਂ ਆਪਸ ਵਿੱਚ ਦੋਹਾਂ ਨੇ ਗੱਲ ਕਰਨੀ ਹੈ, ਉਹ ਆਪਸ ਵਿੱਚ ਇਹ ਗੱਲ ਆਉਣੀ, ਰਿਸ਼ਤੇਦਾਰ ਨਾਲ ਨਹੀਂ ਨਾ ਕਰ ਸਕਦੇ ਜਾ ਕੇ। ਰਿਸ਼ਤੇਦਾਰ ਦੇ ਤਾਂ ਘਰ ਬੈਠ ਜੂੰਗੇ, ਠੰਡਾ ਪੀ ਲੂੰਗੇ, ਰੋਟੀ ਖਾ ਲੂੰਗੇ, ਆ ਜੂੰਗੇ ਘਰ ਨੂੰ। ਅੱਛਾ ਫਿਰ ਤੁਸੀਂ ਆਪਦੇ ਭਰਾ ਨੂੰ ਰੋ ਕੇ ਕੀ ਗੱਲ ਕਰਦੇ ਹੁੰਦੇ ਸੀ? ਮੈਂ ਇਹੀ ਕਹਿੰਦਾ ਹੁੰਦਾ ਸੀ, ਮੈਂ ਕਿਹਾ ਵੀ ਇੱਥੇ ਬਣਾ ਦਾ ਮੇਰਾ ਦਿਲ ਲੱਗ ਰਿਹਾ, ਨਾ ਟਾਈਮ ਪਾਸ ਹੋ ਰਿਹਾ, ਕੋਈ ਕੰਮ ਕਰ ਰਹੇ ਆ, ਉਹੀ ਹੈ ਬਸ, ਜਿੱਦਾਂ ਸਵੇਰੇ ਕੰਮ ਤੇ ਚੱਲ ਗਏ ਸ਼ਾਮ ਨੂੰ ਆ ਗਏ, ਰੋਟੀ ਖਾ ਲਈ ਸੋ ਜਾਓ, ਵੀ ਕੋਈ ਦੁੱਖ ਸੁੱਖ ਬਣਾਉਣ ਵਾਲੀ। ਅੱਛਾ ਭੈਣੇ ਤੁਸੀਂ ਨੀ ਇਹ ਗੱਲ ਆਖਿਆ ਵੀ ਤੁਸੀਂ ਉਹ ਤਾਂ ਚਲੋ ਵਗ ਗਿਆ ਪਰਿਵਾਰ, ਆਪਾਂ ਇੱਥੇ ਰਹਿ ਜਾਂਦੇ ਹਾਂ ਵੀ ਤੁਸੀਂ ਜੀ ਲਾ ਲਓ ਔਖੇ ਸੌਖੇ ਹੋ ਕੇ? ਨਹੀਂ ਅਸੀਂ 2 ਸਾਲ ਬਾਅਦ ਆਏ ਇਹਨਾਂ ਤੋਂ ਬਾਅਦ, 2 ਸਾਲ ਬਾਅਦ ਇੱਥੇ ਇੰਡੀਆ ਆਏ ਅਸੀਂ ਫਿਰ। ਅੱਛਾ ਨਹੀਂ ਅਸੀਂ ਕੁਛ ਨਹੀਂ ਆਖਿਆ, ਸਾਡਾ ਵੀ ਦਿਲ ਨਹੀਂ ਸੀ ਲੱਗਦਾ, ਫਿਰ ਜਦ ਇਹ ਆ ਗਏ ਸਾਨੂੰ ਵੀ ਔਖਾ ਲੱਗਿਆ, ਬਹੁਤ ਜ਼ਿਆਦਾ ਔਖਾ ਲੱਗਿਆ। ਮੈਂ ਚਲੋ ਜੋ ਕਿਸਮਤ ਵਿੱਚ ਆ ਉਹ ਤਾਂ ਜਿੱਥੇ ਮਰਜ਼ੀ ਕਹਿੰਦੇ ਬਹਿ ਜਾਓ, ਮਿਲੂਗਾ ਹੀ ਕਿਤੇ ਰੋਟੀਆਂ ਉਦੋਂ ਮਿਲਣਗੀਆਂ ਹੀ, ਯਾਨੀ ਕਿ ਆਏ ਤਾਂ ਆਉਣਾ ਤਾਂ ਔਖਾ ਉੱਥੋਂ, ਐਸੀ ਗੱਲ ਨਹੀਂ, ਕੰਮ ਬਹੁਤ ਵਧੀਆ ਸੀ ਹਰੇਕ ਚੀਜ਼, ਪਰ ਚਲੋ ਹੁਣ ਜਿਸਕੇ ਦਾਣਾ ਪਾਣੀ ਜੋ ਹੈ। ਇੱਕ ਜਿਹੜਾ ਇਹ ਸਟੈਪ ਚੱਕਣਾ ਨਾ, ਮੰਨ ਲਓ ਕਿਤੇ ਸੈਟਲ ਹੋ ਕੇ ਵਾਪਸ ਆਉਣਾ ਹੈ, ਇਹ ਸਟੈਪ ਤਾਂ ਬਹੁਤ ਔਖਾ ਸੀ ਉਸ ਟਾਈਮ ਸਾਨੂੰ ਵੀ,
ਹੁਣ ਕੋਈ ਵੀ ਬੱਚਾ ਚਾਹੇ ਆਪਣੇ ਇੰਡੀਆ ਤੇ ਪੰਜਾਬ ਤੇ ਗਿਆ ਹੋਇਆ, ਜੇ ਉਹਨਾਂ ਨੂੰ ਕਹਿ ਦਈਏ ਵੀ ਵਾਪਸ ਇੰਡੀਆ ਆ ਜਾਓ, ਪੰਜਾਬ ਆ ਜਾਓ, ਉਹਨੇ ਕਿਹੜਾ ਵੀ ਅਸੀਂ ਕਰੂੰਗੇ ਕਿ ਉੱਥੇ ਜਾ ਕੇ ਰਹਿਣ ਸਹਿਣ ਦਾ ਬਹੁਤ ਫਰਕ। ਅਸੀਂ ਕਹਿੰਦੇ ਵੀ ਪਤਾ ਲੱਗ ਗਿਆ ਸੀ ਵੀ ਇੰਡੀਆ ਕੁਝ ਕੀ ਨਹੀਂ ਤਾਂ ਕਰਦਾ, ਕੋਈ ਮੰਨਦਾ ਨਹੀਂ ਸੀ ਤੁਸੀਂ ਕਿੱਥੇ ਜਾ ਸਕਦੇ ਇੰਡੀਆ, ਇੰਡੀਆ ਜਾ ਕੇ ਕਿਆ ਕਰੂੰਗੇ ਤੁਸੀਂ। ਹੁਣ ਵੀ ਜਿਹਨਾਂ ਨੂੰ ਸਾਡੇ ਜਿਹੜੇ ਸਰਕਲ ਦੇ ਵਿੱਚ ਬੰਦੇ ਉਹਨਾਂ ਨੂੰ ਪਤਾ ਲੱਗਦਾ ਵੀ ਇਟਲੀ ਤੇ ਵਾਪਸ ਆਏ, ਉਹ ਕਹਿੰਦੇ ਕਿਉਂ ਆ ਗਏ ਤੁਸੀਂ। ਅੱਛਾ ਨਹੀਂ ਤੁਹਾਨੂੰ ਚਲੋ ਇਹ ਭੈਣ ਹੋਰਾਂ ਦੇ ਤਾਂ ਮਜਬੂਰੀ ਬਣ ਗਈ, ਇਹਨਾਂ ਨੂੰ ਤਾਂ ਕਹਿਤਾ, ਤੁਹਾਨੂੰ ਤਾਂ ਤੁਹਾਡੇ ਸਾਰਾ ਸਾਹਿਬ ਨੇ ਆਖਿਆ ਨਹੀਂ ਸੀਗਾ, ਤੁਸੀਂ ਵੀ ਇਹਨਾਂ ਨੂੰ ਕਦੇ ਮਨ ਸਮਝਾਉਣ ਦੀ ਗੱਲ ਆ। ਮੈਨੂੰ ਫਾਦਰ ਸਾਹਿਬ ਨੇ ਕਿਹਾ ਸੀਗਾ ਕਹਿੰਦੇ ਵੀ ਤੇਰਾ ਕੰਮ ਠੀਕ ਹੈ, ਮੇਰਾ ਕੰਮ ਇੰਨਾ ਹਾਰਡ ਵਰਕ ਨਹੀਂ ਸੀ, ਮੇਰਾ ਹਾਰਡ ਵਰਕ ਨਹੀਂ ਸੀ ਇੰਨਾ, ਪਰ ਉਹਨਾਂ ਨੇ ਕਹਿਤਾ ਸੀ ਕਹਿੰਦੇ ਵੀ ਇੱਦਾਂ ਕਰੀ, ਕਹਿੰਦਾ 2-3 ਸਾਲ ਬਾਅਦ ਤੂੰ ਵੀ ਵਾਪਸ ਆ ਜਾ, ਕਹਿੰਦਾ ਹਾਂ ਕਹਿੰਦਾ ਵੀ ਇੱਦਾਂ ਕਰੀ 2-3 ਸਾਲ ਤੂੰ ਵੀ ਲੈ ਲੈ, ਤੇਰਾ ਕੰਮ ਠੀਕ ਹੈ ਕਹਿੰਦਾ, ਪਰ 2-3 ਸਾਲ ਬਾਅਦ ਤੂੰ ਵੀ ਇੰਡੀਆ ਆ ਜਾ, ਤੁਸੀਂ ਵੀ ਆ ਗਏ। ਹਾਂਜੀ ਜਦੋਂ ਸਾਡੇ ਭਾਜੀ ਆ ਗਏ ਇੱਧਰ ਇੰਡੀਆ ਆ ਗਏ, ਉਸ ਦਿਨ ਤਾਂ ਸਾਨੂੰ ਪਤਾ ਸਾਡਾ ਵੀ ਬਹੁਤ ਔਖਾ ਲੱਗਿਆ ਸਾਨੂੰ। ਕੀ ਹਾਲ ਸੀ ਉਸ ਦਿਨ ਤੁਹਾਡਾ? ਉਸ ਦਿਨ ਤਾਂ ਏਅਰਪੋਰਟ ਤੇ ਛੱਡਣ ਆਉਣੇ ਹੋ ਤੇ ਉਹ ਕੀ ਗੱਲ ਵਾਸੀ ਪਈ ਸਾਰੀ? ਮੈਂ ਜੀ ਇਹਨਾਂ ਦੀ ਸਵੇਰ ਦੀ ਫਲਾਈਟ ਸੀਗੀ, ਮੈਂ ਇਹਨਾਂ ਨੂੰ ਏਅਰਪੋਰਟ ਤੇ ਤਾਰ ਕੇ ਨਾ ਵਾਪਸ ਕੰਮ ਤੇ ਚਲਾ ਗਿਆ ਸਿੱਧਾ ਹੀ, ਤਾਂ ਹੁਣ ਜਾ ਕੇ ਕੰਮ ਤੇ ਲੱਗ ਗਿਆ 3-4 ਘੰਟੇ ਕੰਮ ਤੇ ਲਾਏ। ਜਿੱਦਾਂ ਮੈਂ ਬਾਹਰ ਰਾਉਂਡ ਮਾਰਨ ਗਿਆ ਨਾ ਕੰਪਨੀ ਦੇ, ਤਾਂ ਉਹ ਸੈਕਟਰੀ ਵੀ ਬੈਠੀ ਸੀਗੀ ਆਪਣੀ ਸੀਟ ਤੇ, ਉਹਨੇ ਖਿੜਕੀ ਖੋਲੀ ਕਹਿੰਦੀ, ਉਹਨੇ ਸਿੱਧਾ ਹੀ ਕਹਿੰਦਾ ਕਹਿੰਦਾ ਤੇਰਾ ਭਾਈ ਗਿਆ ਅਟਾਲੀਅਨ ਚ। ਜਿਹੜਾ ਅੰਦਰ ਗਵਾਰ ਸੀਗਾ ਉਹ ਸੀਟ ਹੈ, ਉਹ ਉਹਨੇ ਉੱਥੇ ਕਹਿੰਦਾ ਕਹਿੰਦੀ ਇੱਥੇ ਰੁਕ ਜਾ। ਉਹ ਆਪਣੇ ਦਫ਼ਤਰ ਵਿੱਚ ਤੋਂ ਨਿਕਲ ਕੇ ਆ ਕੇ ਨਾ ਮੈਨੂੰ ਕਹਿੰਦੀ ਵੀ ਕੋਈ ਗੱਲ ਨਹੀਂ, ਕਹਿੰਦੀ ਅਸੀਂ ਹੈਗੇ ਇੱਥੇ, ਕੋਈ ਵੀ ਤੈਨੂੰ ਦੁੱਖ ਤਕਲੀਫ ਹੈ ਅਸੀਂ ਤੇਰੇ ਨਾਲ ਖੜੂੰਗੇ। ਮਾਲਕ ਬਹੁਤ ਚੰਗੇ ਸੀ। ਅੱਛਾ ਨਹੀਂ ਫਿਰ ਉਦੋਂ ਫਿਰ ਵੀਰ ਹੋਣਾ ਦੀ ਤੁਹਾਡੀ ਕੀ ਹਾਲਤ ਬਣੀ ਜਦੋਂ ਤੁਹਾਡੀ ਭਰਜਾਈ ਵੀ ਆ ਗਈ ਪਹਿਲਾਂ, ਸਾਨੂੰ ਏਦਾਂ ਲੱਗਿਆ ਜਿਵੇਂ ਅੱਜ ਸਾਡਾ ਉਹਨੇ ਕੋਈ ਵੀ ਇੰਨਾ ਗਲੀਆਂ ਵੀ ਸੁਣੀਆਂ ਲੱਗਣ ਲੱਗ ਗਏ, ਸੜਕਾਂ ਵੀ ਸੁਣੀਆਂ ਲੱਗਣ, ਏਦਾਂ ਹੋਇਆ ਵੀ ਅੱਜ ਕਿਆ ਹੋ ਗਿਆ ਸਾਡੇ ਨਾਲ, ਜਦਕਿ ਸਾਡੇ ਕੋਲ ਹੀ ਰਿਸ਼ਤੇਦਾਰ ਰਹਿੰਦੇ ਸੀ, ਸਾਹਿਬ ਹੈ ਸੀ, ਬਥੇਰਾ ਪਿਆਰ ਕਰਦੇ ਸਾਨੂੰ, ਪਰ ਸਾਨੂੰ ਪਤਾ ਨਹੀਂ ਕੀ ਇੱਕਦਮ ਮਨ ਚੋਂ ਸਾਡੇ ਇਹ ਹੁੰਦਾ ਕੁਛ ਅੱਜ ਚੱਲ ਗਿਆ ਸਾਡਾ ਇੱਥੋਂ, ਇੱਥੇ ਆ ਕੇ ਕੋਈ ਨਾ ਕੋਈ ਕੰਮ ਕਰ ਲਿਆ, ਟਰੱਕ ਟਰੁੱਕ ਪਾ ਲਏ, ਇਹ ਫਿਰ ਇਹਨਾਂ ਨੇ ਕਿਹਾ ਕਹਿੰਦਾ ਵੀ ਇੱਦਾਂ ਕਰਾਂ, ਕਹਿੰਦਾ ਹੁਣ ਤੂੰ ਵੀ ਆਏ ਜਾ। ਕਿੰਨੇ ਸਾਲ ਬਾਅਦ ਫਿਰ ਇਹਨਾਂ ਤੋਂ ਵਾਪਸ ਆ ਗਏ? ਮੈਂ ਆਇਆ ਜੀ ਇਹਨਾਂ ਤੋਂ 2 ਸਾਲ ਬਾਅਦ ਵਾਪਸ। ਤੁਸੀਂ ਵੀ ਆ ਗਏ? ਹਾਂਜੀ। ਅੱਛਾ ਫਿਰ ਤੁਹਾਡਾ ਸਾਰਾ ਪਰਿਵਾਰ ਹੀ ਇੱਥੇ ਆ ਗਿਆ? ਹਾਂਜੀ ਹਾਂਜੀ ਅਸੀਂ ਇੱਥੇ ਆ ਗਏ ਫਿਰ। ਅੱਛਾ ਫਿਰ ਉਹ ਜਿਹੜੇ ਤੁਸੀਂ 2 ਸਾਲ ਕੱਢੇ ਫਿਰ ਉਹ ਕਿਹੋ ਜਿਹੇ ਰਹੇ ਤੁਹਾਡੇ ਕੱਢਣੇ? ਉਹਦੇ ਬਾਅਦ ਜੀ ਜਿੱਦਾਂ ਫਿਰ ਫਾਦਰ ਦੀ ਡੈਥ ਹੋ ਗਈ, ਮੈਂ ਆ ਗਿਆ ਇੰਡੀਆ, 20-25 ਦਿਨ ਰਿਹਾ ਮੈਂ ਇੱਥੇ, ਫਿਰ ਚਲਾ ਗਿਆ। ਫਿਰ ਮੇਰੇ ਸਾਲੇ ਦਾ ਵਿਆਹ ਸੀਗਾ 2009 ਦੇ ਵਿੱਚ, ਇੱਦਾਂ ਹੀ ਟਾਈਮ ਪਾਸ ਜਾ ਹੋ ਗਿਆ, 2-3 ਵਾਰੀ ਘੁੰਮ ਕੇ ਇੰਡੀਆ ਆ ਕੇ ਨਾ ਗੇੜਾ ਗੂੜਾ ਲਾ ਕੇ, ਫਿਰ ਜਾ ਕੇ ਇੱਕਦਮ ਸਾਰੇ ਛੱਡ ਕੇ ਵੀ ਨ਀ ਆ ਸਕਦੇ ਜੀ, ਤੁਹਾਨੂੰ ਵੀ ਪਤਾ ਪਹਿਲਾਂ ਇੰਡੀਆ ਸੈਟਿੰਗ ਕਰਨੀ ਆ, ਉੱਥੇ ਵੀ ਘਰ ਬਣੇ, ਉੱਥੇ ਤਾਂ ਇੱਦਾਂ ਸਾਨੂੰ ਲੱਗਦਾ ਵੀ ਅਸੀਂ ਇੱਥੇ ਜਾਂਦੇ, ਸਾਨੂੰ ਇੰਡੀਆ ਯਾਦ ਨਹੀਂ ਸੀ ਆਉਂਦੀ ਬਿਲਕੁਲ ਵੀ, ਅਸਾਂ ਦਾ ਤਾਂ ਇੱਦਾਂ ਦਾ ਮੋਹ ਪੈ ਗਿਆ ਸੀ ਉੱਥੇ ਸਾਡਾ। ਕਈ ਵਾਰੀ ਤਾਂ ਅਸੀਂ ਸੋਚਦੇ ਹੁੰਦੇ ਸੀ ਵੀ ਅਸੀਂ ਇੰਡੀਆ ਤੇ ਇੱਥੇ ਆਏ, ਇੱਦਾਂ ਹੋ ਗਿਆ ਸੀ ਇਕੱਠੇ ਜੋ ਰਹਿੰਦੇ ਤੇ ਅਸੀਂ ਸਾਰੇ ਇਕੱਠੇ। ਅੱਛਾ ਤੁਸੀਂ ਬਾਹਰ ਜਾ ਕੇ ਵੀ ਬਾਈ ਸਾਰੇ ਇਕੱਠੇ ਰਹਿੰਦੇ ਸੀ? ਹਾਂਜੀ ਇਕੱਠੇ ਰਹਿੰਦੇ। ਅੱਛਾ ਫਿਰ ਜਦੋਂ ਇੱਥੇ ਆਏ ਫਿਰ ਇੱਥੇ ਆ ਕੇ ਕਿਹੋ ਜਿਹਾ ਮਾਹੌਲ ਮਿਲਿਆ ਜਦੋਂ ਤੁਹਾਨੂੰ ਆਪਣਾ ਭਰਾ ਮਿਲਿਆ ਇੰਨੇ ਟਾਈਮ ਬਾਅਦ ਤੇ ਤੁਹਾਨੂੰ ਆਪਣਾ ਸਾਰਾ ਇਹ ਪਰਿਵਾਰ ਮਿਲਿਆ ਹਰਿਆ? ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਵੀ,
ਬਹੁਤ ਵਧੀਆ ਰਹੇ ਅਸੀਂ, ਜਿੱਦਾਂ ਉੱਥੋਂ ਛੱਡ ਕੇ ਆਏ ਸਾਨੂੰ ਇੱਥੇ ਉੱਦਾਂ ਹੀ ਮਿਲਿਆ। ਫਿਰ ਬੱਚਿਆਂ ਨੂੰ ਲੈ ਜਾਣੇ, ਪਾਪਾ ਜੀ ਨੇ ਮਕਾਨ ਕੋਠੀਆਂ ਬਣਾਤੀਆਂ ਆਪਣੇ ਰਹਿਣ ਸਨ, ਜੇ ਬਾਹਰ ਦੇ ਕੰਟੀ ਚੱਪਲ ਜਿਹੜੇ ਅਸੀਂ ਉੱਦਾਂ ਹੀ ਰਹਿਣ ਲੱਗ ਗਏ ਸੀ ਇੱਥੇ ਆ ਕੇ। ਫਿਰ ਸਿਰਫ ਸਾਨੂੰ ਇੱਥੇ ਆ ਕੇ ਇੱਕ ਪਿਤਾ ਜੀ ਦੀ ਕਮੀ ਮਹਿਸੂਸ ਹੋਈ, ਕੁਛ ਨਹੀਂ ਸਾਨੂੰ ਮਹਿਸੂਸ ਹੋਇਆ। ਭਾਜੀ ਸਾਹਿਬ ਨੇ ਸਾਂਭਲਿਆ ਸਭ ਕੁਛ, ਇਹਨਾਂ ਨੇ ਸਾਨੂੰ ਨਾਲ ਸਪੋਰਟ ਕੀਤੀ, ਸਾਨੂੰ ਪੂਰੀ ਹੈਲਪ, ਮਤਲਬ ਕਿ ਅਸੀਂ ਇਹਨਾਂ ਨੂੰ ਆਪਣੇ ਬਾਪ ਦੇ ਸਮਾਨ ਫਿਰ ਸਮਝਿਆ ਵੀ ਸਾਡਾ ਤਾਂ ਇਹੀ ਜੋ ਹੈ ਵੀ ਠੀਕ ਆ ਸਭ ਕੁਛ। ਕੋਈ ਵੀ ਕੰਮ ਕਰ ਰਹੇ ਆ, ਦੁਕਾਨ ਹੈ, ਗੱਡੀਆਂ ਹੈਗੀਆਂ ਜਾਂ ਕੁਛ ਵੀ ਹੈਗਾ ਸਾਡੇ ਕੋਲ, ਉਹ ਸਾਰਾ ਇਹਨਾਂ ਕੋਲ ਹੀ ਹੈਗਾ। ਮਤਲਬ ਇਹਨਾਂ ਨੇ ਕਰਨਾ ਜੇ ਗਲਤ ਕਰਿਆ, ਦੋਨਾਂ ਭਰਾਵਾਂ ਨੇ ਕਰਨਾ, ਜੋ ਅਸੀਂ ਗੱਲ ਇਹਨਾਂ ਦੀ ਟੁੱਟਣੀ, ਇੱਕ ਵਾਰੀ ਸਲਾਹ ਕਰਨੀ ਐਦਾਂ ਕਰਕੇ ਲੱਗੇ ਕਰਨ, ਠੀਕ ਹੈ ਉਹਦੇ ਵਿੱਚ ਲਾਸ ਹੋ ਗਿਆ ਉਹ ਵੀ ਦੋਹਾਂ ਦਾ, ਬੈਨੀਫਿਟ ਹੈ ਕੋਈ ਉਹ ਵੀ ਦੋਹਾਂ ਦਾ। ਅੱਛਾ ਅੱਛਾ, ਇੱਕ ਗੱਲ ਬੜੀ ਤੁਹਾਡੇ ਸਾਂਝੇ ਪਰਿਵਾਰ ਦੀ ਰਹੀ, ਤੁਸੀਂ ਦੋਨੇ ਭਰਾ ਇਕੱਠੇ ਰਹਿੰਦੇ ਹੋ ਹਨਾ, ਇਹ ਨਹੀਂ ਫਰਕ ਹੈਗਾ ਕਿ ਤੁਸੀਂ ਅਲੱਗ ਅਲੱਗ ਹੋ ਜਾਂ ਤੁਹਾਡੇ ਪਰਿਵਾਰਾਂ 'ਚ ਕੋਈ ਫਰਕ ਨਹੀਂ? ਨਹੀਂ ਜੀ। ਅੱਛਾ ਫਿਰ ਤੁਸੀਂ ਦੱਸਦੇ ਹੋ ਵੀ ਤੁਸੀਂ ਇਹਨਾਂ ਦੇ ਕੰਮ 'ਚ ਬੋਲਦੀਆਂ ਨਹੀਂ ਭੈਣ? ਨਹੀਂ ਹਾਂਜੀ, ਅਸੀਂ ਨਹੀਂ ਬੋਲਦੇ ਹਾਂ ਇਹਨਾਂ ਦੇ ਕੰਮਾਂ 'ਚ, ਇਹ ਆਪਣੇ ਆਪ ਜੋ ਕਰਦੇ ਦੋਨੋਂ ਭਰਾ, ਜੋ ਡਿਸੀਜਨ ਲੈਣਾ ਨਾ ਅਸੀਂ ਬਾਹਰ ਹੀ ਲੈ ਲੈਣਾ, ਅਸੀਂ ਘਰ ਆ ਕੇ ਕੋਈ ਗੱਲ ਨਹੀਂ ਕਰਨੀ ਹੈਗੀ ਇਹਨਾਂ ਸਾਹਮਣੇ ਵੀ ਹਾਂ ਅਸੀਂ ਆਹ ਕੰਮ ਕਰਨ ਲੱਗੇ। ਕੋਈ ਔਖਾ ਕੋਈ ਸੌਖਾ, ਇਹਨੇ ਆਪ ਡਿਸੀਜਨ ਦੇ 90% ਅਸੀਂ ਉਹ ਸੈਟਿੰਗ ਕਰ ਲਈ ਨਾ ਵੀ ਅਸੀਂ ਆਹ ਕੰਮ ਕਰਨਾ, ਫਿਰ ਅਸੀਂ ਇਹਨਾਂ ਨੂੰ ਦੱਸਣਾ ਵੀ ਅਸੀਂ ਆਹ ਕੰਮ ਕਰਨ ਲੱਗੇ ਹਾਂ ਵੀ ਆਪਾਂ ਇੱਦਾਂ ਦੇ ਇੱਦਾਂ ਕਰਨਾ, ਫਿਰ ਇਹਨਾਂ ਨੇ ਕਹਿਣਾ ਵੀ ਜੋ ਤੁਸੀਂ ਕਰਿਆ ਜੋ ਤੁਸੀਂ ਕਰਨਾ ਉਹ ਸਹੀ ਹੀ ਕਰਨਾ, ਵੀ ਗਲਤ ਤਾਂ ਕਰਨਾ ਨਹੀਂ, ਵੀ ਠੀਕ ਹੈ ਜੋ ਕਰਨਾ ਕਰੀ ਜਾਓ ਵਧੀਆ। ਅੱਛਾ ਭੈਣੇ, ਕਦੇ ਇਹ ਚੀਜ਼ ਦਾ ਤੁਹਾਨੂੰ ਪਛਤਾਵਾ ਤਾਂ ਨਹੀਂ ਹੋਇਆ ਹੈਗਾ ਵੀ ਉਹ ਕਿਉਂ ਛੱਡਿਆ ਸੀ, ਉਹ ਮੁਲਕ ਕਿਉਂ ਛੱਡਿਆ, ਉੱਥੇ ਵਧੀਆ ਸੈੱਟ ਸੀ? ਨਹੀਂ ਚਲੋ ਪਛਤਾਵਾ ਤਾਂ ਨਹੀਂ, ਪਰ ਹੁਣ ਜਦੋਂ ਬੱਚੇ ਜਵਾਨ ਹੁੰਦੇ ਆ ਫਿਰ ਥੋੜ੍ਹਾ ਜਿਹਾ ਹੋ ਜਾਂਦਾ ਵੀ ਹੁਣ ਫਿਰ ਇਹ ਸਾਤੋਂ ਦੂਰ ਹੋਣਗੇ, ਜੇ ਹੁਣ ਬੱਚਿਆਂ ਦੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਸੋਚ ਵੀ ਅਸੀਂ ਬਾਹਰ ਘੁੰਮਣਾ ਚਾਹੁੰਦੇ ਹਾਂ ਵੀ ਫਿਰ ਹੁੰਦਾ ਵੀ ਅਸੀਂ ਕਿਤੇ ਇਕੱਲੇ ਨਾ ਰਹਿ ਜਾਈਏ ਬੜੇ ਪਿੱਛੇ। ਅੱਛਾ ਭਾਈ, ਉਦੋਂ ਕਦੇ ਇਹ ਚੀਜ਼ ਦਾ ਪਛਤਾਵਾ ਹੋਇਆ ਵੀ ਜਿਉਂਦੇ ਜੀ ਹੀ ਪਰਿਵਾਰ ਦੇ ਇੱਕ ਦੂਜੇ ਨਾਲ ਵਿਛੋੜੇ ਪੈ ਗਏ ਸਿਰਫ ਰੋਜ਼ੀ ਰੋਟੀ ਖਾਤਰ, ਪੈਸੇ ਖਾਤਰ? ਕਦੇ ਉਹ ਮੁਲਕ ਦੇ ਵਿੱਚ ਬਹਿ ਕੇ ਤੁਹਾਨੂੰ ਜਦੋਂ ਤੁਹਾਡੇ ਭਾਈ ਸਾਹਿਬ ਇੱਥੇ ਆ ਗਏ ਸੀ, ਤੁਹਾਡੇ ਫਾਦਰ ਸਾਹਿਬ ਇੱਥੇ ਸੀ, ਫਿਰ ਇਹ ਚੀਜ਼ ਦਾ ਪਛਤਾਵਾ ਹੋਇਆ ਹੋਵੇ ਉੱਥੇ? ਦੇਖੋ ਜੀ, ਜਿਸ ਟਾਈਮ ਭਾਈ ਸਾਹਿਬ ਆ ਗਏ ਨਾ, ਕੰਮ ਸਹੀ ਸੀਗਾ, ਕੋਈ ਹਾਰਡ ਵਰਕ ਨਹੀਂ ਸੀ, ਸਾਰੇ ਸੁੱਖ ਸੁਵਿਧਾਵਾਂ ਉੱਥੇ ਵੀ ਹੈ ਸੀਆਂ ਜਿੱਦਾਂ ਦੀਆਂ ਇੱਥੇ ਇੰਡੀਆ ਦੇ ਵਿੱਚ ਹੁੰਦੀਆਂ, ਪਰ ਇੱਕ ਉਹੀ ਕਮੀ ਅੰਦਰ 'ਤੇ ਵੀ ਨਹੀਂ ਵੀ ਭਰਾ ਨਹੀਂ ਹੈਗਾ ਇੱਥੇ, ਜਾਂ ਇੱਥੇ ਅੱਗੇ ਬੱਚਿਆਂ ਬਾਰੇ ਕੀ ਹੈਗਾ, ਬੱਚਿਆਂ ਬਾਰੇ ਤਾਂ ਬੱਚੇ ਵੀ ਜਿੱਦਾਂ ਦਾ ਅਸੀਂ ਕੰਮ ਕਰ ਰਹੇ ਉੱਦਾਂ ਦੇ ਹੀ ਬੱਚੇ ਕਰੂੰਗੇ ਕੱਲ੍ਹ। ਨਹੀਂ ਜੀ, ਤਾਂ ਪਛਤਾਵਾ ਹੋਇਆ ਵੀ ਵਿਛੋੜੇ ਪੈ ਗਏ ਸਾਡੇ ਜੋ? ਨਹੀਂ ਜੀ, ਉਹ ਤਾਂ ਹੈ ਹੀ ਆ, ਉਹ ਤਾਂ ਸਭ ਤੋਂ ਪਹਿਲਾਂ ਸੀਗਾ, ਉਹ ਤਾਂ ਜਿਸ ਦਿਨ ਆਏ ਭਾਈ ਸਾਹਿਬ ਉਸੀ ਦਿਨ ਤੋਂ ਕਮੀ ਖਲਣ ਲੱਗ ਗਈ ਵੀ ਹਾਂ ਭਾਈ ਸਾਹਿਬ ਤਾਂ ਹੈ ਨਹੀਂ ਇੱਥੇ, ਜਾਂ ਇੱਥੇ ਹੁਣ ਹੈ ਹੀ ਨਹੀਂ ਕੋਈ ਸਾਡਾ, ਰਿਸ਼ਤੇਦਾਰ ਸਾਰੇ ਹੈਗੇ ਆ, ਹਾਏ ਹੈਲੋ ਆਉਂਦੇ ਜਾਂਦੇ ਆ, ਸਭ ਕੁਛ ਹੈਗਾ ਇਹਨਾਂ ਨੂੰ, ਸਾਰੀਆਂ ਚੀਜ਼ਾਂ ਜਦੋਂ ਕਰੀਆਂ ਕਰਾਈਆਂ ਮਿਲਦੀਆਂ ਨੇ ਫਿਰ ਇਹਨਾਂ ਨੂੰ ਮਹਿਸੂਸ, ਇਹਨਾਂ ਨੂੰ ਤਾਂ ਇਹ ਵੀ ਦੱਸਣਾ ਪੈਂਦਾ ਤਾ ਵੀ ਤੁਹਾਡੀ ਕੱਲ੍ਹ ਦੀ ਟਿਕਟ ਹੈ ਵੀ ਤੁਸੀਂ ਆਹ ਕੰਮ ਕਰਕੇ ਆਉਣਾ ਜਾਂ ਤੁਸੀਂ ਫਲਾਣੀ ਜਗ੍ਹਾ ਜਾਣਾ, ਉਹ ਮੈਂ ਦੱਸਦਾ ਹੁੰਦਾ ਜੀ ਸਾਰਾ ਕੁਛ, ਕੋਈ ਡਾਕੂਮੈਂਟ ਇਹਨਾਂ ਦਾ ਖਤਮ ਹੋ ਗਿਆ, ਕੋਈ ਪਾਸਪੋਰਟ ਬਣਨਾ ਹੈ ਦੁਬਾਰਾ ਜਾਂ ਕੁਛ ਵੀ ਹੈ, ਮੈਂ ਇਹਨਾਂ ਨੂੰ ਪਹਿਲਾਂ ਹੀ ਸੈਟਿੰਗ ਕਰਕੇ ਦੇ ਦੇਣੀ ਆ ਵੀ ਤੁਸੀਂ ਇੱਥੇ ਜਾਣਾ ਹੈ, ਵੀ ਇਹ ਕੰਮ ਹੋਣਾ ਤੁਹਾਡੇ ਹੱਥੋਂ ਹੈ, ਮਾਂ ਬਾਪ ਤੁਸੀਂ ਹੈ ਜਾਂ ਤੁਹਾਡਾ ਪਾਸਪੋਰਟ ਹੈ, ਤੁਸੀਂ ਜਾਣਾ, ਜੇ ਮੇਰੇ ਹੱਥ ਦਾ ਹੋਵੇ ਤਾਂ ਮੈਂ ਕਰਾ ਦੂੰਗਾ, ਨਹੀਂ ਇਹਨਾਂ ਨੂੰ ਇੱਦਾਂ ਦਾ ਵੀ ਮਤਲਬ ਕਿ ਸੁਵਿਧਾਵਾਂ ਸੀਗੀਆਂ ਵੀ ਕਾਜ਼ੀ ਦੀਆਂ, ਕੋਈ ਇਹਨਾਂ ਨੂੰ ਸਟਰਗਲ ਨਹੀਂ ਕਰਨਾ ਪੈਂਦਾ ਸੀਗਾ, ਉਰੇ ਵੀ ਆਏ ਜਦੋਂ ਦੇ ਆਏ ਹੈ, ਹੁਣ ਵੀ ਸਾਨੂੰ 15-16 ਸਾਲ ਕੰਮ ਕਰਦਿਆਂ ਨੂੰ ਇਕੱਠੇ ਹੋ ਗਏ 2008 ਤੋਂ ਬਾਅਦ ਮੈਂ ਜਦੋਂ ਦਾ ਇੰਡੀਆ 'ਚ ਆਇਆ, ਅਤੇ ਮੈਂ ਇਹਨਾਂ ਨੂੰ ਇਹੀ ਕਿਹਾ ਵੀ ਜੋ ਮੈਂ ਕੰਮ ਕਰਨਾ ਹੈ ਉਹ ਮੈਂ ਤੈਨੂੰ ਦੱਸ ਕੇ ਕਰਨਾ ਹੈ,
ਹਾਂ ਕੋਈ ਕਿਸੇ ਕੰਮ 'ਚ ਲੋਸ ਹੋ ਜਾਵੇ, ਬਥੇਰੇ ਲੋਸ ਹੋ ਜਾਂਦੇ ਆ, ਕੋਈ ਚੱਕਰ ਨਹੀਂ ਹੈਗਾ, ਪਰ ਘਬਰਾਉਣਾ ਨਹੀਂ ਮੈਂ ਕਿਹਾ ਕਦੇ ਵੀ। ਮੈਂ ਇਹ ਵੀ ਮੈਨੂੰ ਕਹਿੰਦਾ ਹੋ ਗਿਆ ਕੋਈ ਗੱਲ ਨਹੀਂ, ਤਾਂ ਕਿਆ ਹੋ ਗਿਆ, ਜਿੱਥੇ ਪ੍ਰੋਫਿਟ ਹੁੰਦਾ ਉੱਥੇ ਨੁਕਸਾਨ ਵੀ ਹੋਈ ਜਾਂਦਾ। ਅੱਛਾ ਤੁਹਾਡੇ ਦੋਨੇ ਭਰਾਵਾਂ 'ਚ ਕਿਹੋ ਜਿਹਾ ਪਿਆਰ ਰਿਹਾ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ? ਇੱਕ ਇੱਥੇ ਤਾਂ ਉਹਨਾਂ ਦਾ ਸਾਰਾ ਕੰਟਰੋਲ ਸੀ, ਹੈ ਨਾ, ਅਤੇ ਫਿਰ ਉਦੋਂ ਬਾਅਦ ਜਿਹੜੀਆਂ ਜ਼ਿੰਮੇਵਾਰੀਆਂ ਤੁਹਾਡੇ ਆਪਣੇ 'ਤੇ ਪਈਆਂ, ਅਤੇ ਫਿਰ ਦੋਨੇ ਭਰਾਵਾਂ ਦਾ ਰਿਸ਼ਤਾ ਕਿਹੋ ਜਿਹਾ ਬਣਿਆ ਤੁਹਾਡਾ? ਨਹੀਂ ਦੇਖੋ, ਜਿਹੜੀ ਜ਼ਿੰਮੇਵਾਰੀਆਂ ਹੈਗੀਆਂ ਇੱਕ ਦੂਜੇ ਨੂੰ ਦੱਸਦੇ ਆ ਵੀ ਹਾਂ ਇੱਦਾਂ ਕਰਕੇ ਕਰਨਾ ਹੈ, ਠੀਕ ਹੈ ਜੀ ਕਰ ਲਓ। ਕਦੇ ਇੱਕ ਦੂਜੇ ਨੂੰ ਮੰਨ ਲਓ ਇਹ ਨਹੀਂ ਗਿਆ ਵੀ ਤੂੰ ਇੱਦਾਂ, ਬਲੇਮ ਨਹੀਂ ਕਰਿਆ ਅੱਜ ਤੱਕ ਕਿਸੇ ਇੱਕ ਦੂਜੇ ਨੂੰ ਵੀ ਹਾਂ ਤੈਂ ਕਿਉਂ ਕੀਤਾ, ਕਿਉਂ ਦਾ ਮਤਲਬ ਸਾਡੇ ਕੋਲ ਹੈ ਹੀ ਨਹੀਂ ਕਦੇ, ਅਸੀਂ ਨਾ ਪੁੱਛੇ ਹੀ ਨਹੀਂ ਕਦੀ। ਇਹ ਦੁਕਾਨ ਦਾ ਹੁਣ ਵੀ ਸਾਡੇ ਕੋਲ ਦੁਕਾਨ, ਅਸੀਂ ਸਪੇਅਰ ਵਾਰਡ ਦੀ ਕਰੀ ਹੋਈ ਆ, ਜੇਸੀਬੀਆਂ ਦਾ, ਟਰੱਕਾਂ ਦਾ ਸਪੇਅਰ ਵਾਰਡ ਹੈ। ਇਹ ਸਮਾਨ ਮੰਗਾਵੇ ਨਾ ਮੰਗਾਵੇ, ਮੇਰੇ ਕੋਲ ਕੋਈ ਕਸਟਮਰ ਆਵੇ ਮੈਂ ਇਹਨੂੰ ਫੋਨ ਕਰਕੇ ਪੁੱਛਦਾ ਵੀ ਹਾਂ ਹੈਗਾ ਇਹ ਸਮਾਨ, ਫਿਰ ਇਹ ਕਹਿੰਦਾ ਵੀਰੇ ਇਹ ਤਾਂ ਹੈ ਨਹੀਂ। ਫਿਰ ਮੈਂ ਇਹਨੂੰ ਇਹ ਥੋੜ੍ਹੇ ਪੁੱਛਣਾ ਵੀ ਤੂੰ ਕਿਉਂ ਨਹੀਂ ਮੰਗਾਇਆ, ਅਤੇ ਤੇਰੇ ਕੋਲ ਪੈਸੇ ਹੈ ਨਹੀਂ, ਉਹਨੇ ਕੋਈ ਨਹੀਂ ਮੰਗਾਇਆ, ਇਹਨੇ ਨਹੀਂ ਮੰਗਾਇਆ, ਆਪੇ ਮੰਗਾਊਗਾ। ਜਾਂ ਮੈਂ ਕੋਈ ਕੰਮ ਗਿਆ ਹੋਇਆ, ਫਿਰ ਜੇ ਮੈਂ ਦੱਸ ਦੇਣਾ ਯਾਰ ਵੀ ਅੱਜ ਤਾਂ ਇੱਦਾਂ ਕਰਕੇ ਵੀ ਨੁਕਸਾਨ ਹੋ ਗਿਆ, ਫਿਰ ਕਹਿੰਦੇ ਚੱਲ ਕੋਈ ਗੱਲ ਨਹੀਂ, ਤਾਂ ਕਿਆ ਹੋ ਗਿਆ, ਜਿੱਥੇ ਪ੍ਰੋਫਿਟ ਹੁੰਦਾ ਉੱਥੇ ਨੁਕਸਾਨ ਵੀ ਹੋ ਜਾਂਦਾ, ਇੱਦਾਂ ਦਾ ਮਤਲਬ ਕਿ ਕਦੇ। ਲੇਕਿਨ ਪਰੰਤੂ ਨਹੀਂ ਕਰਨਾ ਇੱਕ ਦੂਸਰੇ ਨੂੰ ਹੈਗਾ। ਅੱਛਾ ਤੁਸੀਂ ਟੇਬਲ ਬਣਾ ਕੇ ਰੱਖਣਾ, ਬਾਹਰ ਵੀ ਇਕੱਠੇ ਰਹਿੰਦੇ ਰਹੇ ਤੇ ਇੱਥੇ ਆ ਕੇ ਵੀ ਇਕੱਠੇ ਰਹੇ? ਹਾਂਜੀ, ਤੇ ਬਿਜ਼ਨਸ ਵੀ ਤੁਹਾਡਾ ਇਕੱਠਾ? ਹਾਂਜੀ, ਅਸੀਂ ਬਾਹਰ ਤੋਂ ਆ ਕੇ ਖੇਤੀ ਵੀ ਕੀਤੀ ਹੈ ਹਰੇ। ਅੱਛਾ, ਬਹੁਤ ਮਿਹਨਤ ਕੀਤੀ ਹੈ ਤੇ ਹਰੇਕ ਕੰਮ 'ਚ ਮਿਹਨਤ ਕੀਤੀ ਆ। ਮੇਰੀ ਜ਼ਮੀਨ ਹੈ, ਮੈਂ ਆਪ ਬੰਦਾ ਰਿਹਾ ਆ ਕੇ ਮਿਹਨਤ ਕੀਤੀ ਪੂਰੀ। ਹੁਣ ਤਾਂ ਮੈਂ ਟਿੱਕੇ ਦੇ ਦਿੱਤੀ, ਹੁਣ ਨਹੀਂ ਹੁੰਦਾ ਹੈਗਾ, ਹੁਣ ਦਿਲ ਨਹੀਂ ਕਰਦਾ ਕਰਨੇ ਨੂੰ। ਅੱਛਾ, ਅੱਛਾ ਤੁਹਾਡੀ ਦਰਾਣੀ ਜਿਠਾਣੀ ਦੀ ਕਿਵੇਂ ਬਣਦੀ ਰਹੀ? ਠੀਕ ਬਣਦੀ ਆ? ਹਾਂਜੀ, ਸਾਡੀ ਠੀਕ ਆ। ਤੁਹਾਨੂੰ ਪਤਾ ਦੋ ਇੱਕ ਘਰ ਵਿੱਚ ਇੱਕ ਦੋ ਹੁੰਦੀ, ਥੋੜਾ ਬਹੁਤਾ ਇੱਕ ਦੂਜੇ ਦਾ ਤਾਂ ਚੱਲਦਾ ਹੀ ਰਹਿੰਦਾ, ਪਰ ਉਹ ਇੰਨਾ ਵੀ ਨਾ ਹੋਵੇ ਵੀ ਜਿਹੜਾ ਇੱਕ ਦੂਜੇ ਨੂੰ ਬੰਦਾ ਦੇਖੇ ਹੀ ਨਾ, ਪਿਆਰ ਵੀ ਹੋਣਾ ਚਾਹੀਦਾ ਨਾ, ਲੜੋ ਵੀ ਪਿਆਰ ਵੀ, ਉਹ ਕੰਮ ਆ ਸਾਡਾ। ਇਹਨਾਂ ਦਾ ਕੰਮ ਸਵੇਰੇ ਕਿਤੇ ਗੁੱਸਾ ਮਾੜਾ ਮੋਟਾ ਹੋ ਗਿਆ ਤਾਂ ਸ਼ਾਮ ਨੂੰ ਦੁਪਹਿਰ ਤੱਕ ਇੱਕ ਦੂਜੇ ਬਿਨਾਂ ਨਹੀਂ ਹੁੰਦੇ। ਹਾਂਜੀ, ਇੱਕ ਦੂਜੇ ਬਿਨਾਂ ਨਹੀਂ ਰਹਿ ਹੁੰਦਾ। ਹਾਂਜੀ, ਭੈਣਾਂ ਦੋਨੋਂ ਸਕੀਆਂ? ਮੇਰੇ ਭੂਆ ਜੀ ਦੀ ਕੁੜੀ ਆ ਇਹ, ਇਹ ਮੇਰੇ ਮਾਮਾ ਜੀ ਦੀ ਕੁੜੀ ਆ। ਛੋਟੀ ਕੁੜੀ ਨੂੰ ਪੁੱਛਣਾ ਤੇਰੀ ਮੰਮੀ ਨੀ ਬਾਹਰ ਦਿਖਦੀ ਹੈਗੀ, ਤੇਰੀ ਮੰਮਾ ਪਈ ਆ ਜਾਂ ਕੋਈ ਕੰਮ ਕਰਦੀ ਆ, ਫਿਰ ਦੇਖੀ ਜਾਣਾ ਇੱਕ ਦੂਜੇ ਵੱਲ ਵੀ ਉਹ ਨੀ ਨਿਕਲੀ, ਬਸ ਇੱਕ ਦੂਜੇ ਬਿਨਾਂ ਹੀ ਰਹਿ ਹੁੰਦਾ। ਅੱਛਾ, ਇੱਕ ਦੂਜੇ ਬਿਨਾਂ ਤੁਹਾਡਾ ਜੀ ਵੀ ਲੱਗਦਾ? ਨਹੀਂ ਸੀ, ਸਾਡੀ ਮਾਤਾ ਜੀ ਚੱਲ ਜਾਏ ਸਾਡਾ ਇੰਨਾ ਬਿਨਾਂ ਵੀ ਨਹੀਂ ਲੱਗਦਾ। ਛੁੱਟੀਆਂ ਕੱਟਣ ਨੂੰ ਬੱਚਿਆਂ ਨੂੰ ਲੈ ਕੇ ਗਈ ਹੋਈ ਤੇ ਅਸੀਂ ਇਕੱਲੇ ਤੇ ਮੈਂ ਤੇ ਮੰਮੀ, ਸਾਨੂੰ ਘਰ ਔਖਾ ਲੱਗਦਾ ਸੀ, ਐਂ ਲੱਗਦਾ ਪਤਾ ਨਹੀਂ ਘਰ ਤੋਂ ਕੋਈ ਚੱਲ ਗਿਆ, ਇੱਧਰ ਕੁੰਡੀਆਂ ਲਾ ਕੇ ਰੱਖਣੀ ਅਸੀਂ, ਫਿਰ ਉੱਥੇ ਬੈਠੀਆਂ ਰਹਿਣਾ ਅਸੀਂ ਦੋ ਜਣੇ ਮੰਮੀ ਤੇ ਮੈਂ, ਫਿਰ ਔਖਾ ਲੱਗਦਾ ਘਰ 'ਚ ਚੱਲ ਜਾਂਦਾ। ਅੱਛਾ, ਤੁਹਾਡੇ ਭਾਈਆਂ ਦਾ ਵੀ ਓਨਾ ਹੀ ਪਿਆਰ ਆ ਤੇ ਇਹਨਾਂ ਦੋਨਾਂ ਦਾ ਵੀ ਆਪਸੀ ਓਨਾ ਪਿਆਰ ਹੈ ਬਈ? ਸਾਡਾ ਮੰਮੀ ਦਾ ਵੀ ਓਨਾ ਹੀ ਆ। ਅੱਛਾ, ਹਾਂ ਮੰਮੀ ਚੱਲ ਜਾਵੇ ਫਿਰ ਵੀ ਸਾਨੂੰ ਘਰ ਬਹੁਤ ਏਦਾਂ ਲੱਗਦਾ, ਜਿਵੇਂ ਕੋਈ ਕੰਮ ਵਾਸਤੇ ਜਿਵੇਂ ਕੋਈ ਥੋੜੀ ਦੇਰ ਵਾਸਤੇ ਅਸੀਂ ਘਰ ਤੋਂ ਚੱਲ ਜਾਈਦਾ, ਜਿਵੇਂ ਅਸੀਂ ਕੱਲ ਵੀ ਗਏ ਆ ਮਾਤਾ ਦੇ, ਮੰਮੀ ਪਿੱਛੇ ਘਰ ਸੀ, ਸਾਡਾ ਘਰ ਸੰਭਾਲਿਆ ਪਿੱਛੇ ਕੋਈ, ਮੰਮੀ ਘਰ ਦਾ ਜਿੰਦਾ ਹੁੰਦਾ ਸਿਆਣਾ। ਚਾਚੀ ਕੋਈ ਨੀ ਹੈਗੀ, ਕਹਿੰਦੇ ਚਾਚੀ ਚਾਚੀ ਕਹਿੰਦੇ ਆ। ਹਾਂਜੀ, ਬੱਚੇ ਐਵੇਂ ਨਾ ਵੀ ਸੁਣਨਾ ਲੱਗਦਾ ਜਦੋਂ ਮੈਂ ਇਟਲੀ ਚੱਲ ਗਿਆ ਸੀ ਤਾਂ ਜਿਹੜਾ ਬੜਾ ਬੇਟਾ 1.25 ਸਾਲ ਦਾ ਸੀ ਉਹ ਮੇਰੇ ਹੱਥਾਂ 'ਚ ਪਲਿਆ ਹੋਇਆ। ਅੱਛਾ, ਤੁਸੀਂ ਆਪਣੇ ਛੋਟੇ ਭਾਈ ਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ ਹੈ ਨਾ, ਉਹਦੇ ਅੱਗੇ ਲੱਗ ਕੇ ਸਾਰੇ ਕੰਮ ਕਰੇ ਤੁਸੀਂ? ਅੱਜ ਤੱਕ ਜੀ, ਜਦੋਂ ਤੱਕ ਮਤਲਬ ਇਹ ਨਾ ਆਪਣਾ ਸਕੂਲ ਦਾ ਸਰਟੀਫਿਕੇਟ ਲਵੋ
ਇਹ ਸਕੂਲ ਦੀ ਡੇਟ ਸ਼ੀਟ ਲਗਾਉਤੀ ਸੀ ਇਹਨੇ ਇਹਨੇ ਹਾਂ ਇਹਨੂੰ ਮਤਲਬ ਕਿ ਚਾਹੁੰਦੇ ਸੀਗੇ ਪਲੱਸ ਟੂ ਕਰ ਲਵੇ ਉੱਥੇ ਨਾ ਸਾਡੇ ਪੋਸਟਮੈਨ ਆਇਆ ਨਾ ਜਦੋਂ ਪੋਸਟਮੈਨ ਘਰ ਆਇਆ ਇਹਨੇ ਉਹ ਡੇਟ ਸ਼ੀਟ ਲੈ ਕੇ ਆਉਂਦੇ ਹੁੰਦੇ ਨਾ ਵੀ ਦਸਵੀਂ ਦਾ ਪੇਪਰ ਇਹ ਇੰਨੀ ਤਰੀਕ ਨੂੰ ਹੈ ਇੰਨੀ ਤਰੀਕ ਨੂੰ ਹੈ ਇਹਨੇ ਉਹ ਪੇਪਰ ਜਿੱਦਾਂ ਆਪਣੇ ਪੁਰਾਣੇ ਘਰਾਂ ਦੇ ਵਿੱਚ ਸੈਲਫ ਨਹੀਂ ਹੁੰਦੀ ਸੀ ਉਹਦੇ ਆਪਾਂ ਕੱਪੜਾ ਆਉਂਦਾ ਤਾ ਉਹਦੇ ਥੱਲੇ ਉਹ ਸਾਨੂੰ ਲੱਭਾ ਨਾ ਕਾਫੀ ਦਿਨ ਬਾਅਦ ਅਸੀਂ ਸਫਾਈ ਲੱਗੇ ਨਾ ਕਰਨ ਬੀਬੀ ਸਫਾਈ ਕਰਦੀ ਤੇ ਮੈਂ ਅੰਦਰ ਗਿਆ ਤੇ ਮੈਂ ਦੇਖਿਆ ਮੈਂ ਕਿਹਾ ਇਹ ਤਾਂ ਕੋਈ ਸਰਕਾਰੀ ਚਿੱਠੀ ਹੈ ਕਿਉਂਕਿ ਉਹ ਖਾਕੀ ਲਿਫਾਫੇ 'ਚ ਆਉਂਦੀ ਹੁੰਦੀ ਸੀ ਚਿੱਠੀ ਉਹ ਡੇਟ ਸ਼ੀਟ ਵਗੈਰਾ ਅਤੇ ਮੈਂ ਜਦ ਦੇਖਿਆ ਮੈਂ ਕਿਹਾ ਇਹ ਤਾਂ ਨਾਂ ਰਵਿੰਦਰ ਸਿੰਘ ਮੈਂ ਕਿਹਾ ਹੁਣ ਤਾਂ ਪੇਪਰ ਵੀ ਹੋ ਲਏ ਕਿੱਥੋਂ ਮਿਲੀ ਹੈ ਇਹ ਕਹਿੰਦਾ ਕਹਿੰਦਾ ਉਹ ਤਾਂ ਆਈ ਨਹੀਂ ਕਹਿੰਦਾ ਮੈਂ ਤਾਂ ਆਈ ਨਹੀਂ ਸੀਗੀ ਕਹਿੰਦਾ ਤੁਹਾਨੂੰ ਪਤਾ ਨਹੀਂ ਕਿੱਥੇ ਲੱਭ ਗਈ ਹੋਣੀ ਹੈ ਕਿਉਂਕਿ ਇਹ ਚਾਹੁੰਦਾ ਹੀ ਨਹੀਂ ਸੀਗਾ ਵੀ ਮੈਂ ਅੱਗੇ ਪੜ੍ਹਨਾ ਇਹਦਾ ਦਿਲ ਨਹੀਂ ਰੁਚੀ ਨਹੀਂ ਸੀਗੀ ਪੜ੍ਹਨੇ ਵਿੱਚ ਮੈਂ ਕਿਹਾ ਚੱਲ ਜਿਹੜਾ ਪੜ੍ਹ ਲਿਆ ਪੜ੍ਹ ਲਿਆ ਇੱਦਾਂ ਬਥੇਰੇ ਅਨਪੜ੍ਹ ਵੀ ਮੈਂ ਕਿਹਾ ਬਥੇਰਾ ਕੁਛ ਕਰੀ ਜਾਂਦੇ ਹੈ ਫਿਰ ਚਾਹੇ ਅੱਜ ਮੰਗ ਲਈ ਨਹੀਂ ਇਹਨਾਂ ਕੋਲ ਹੈਗੀ ਹੈ ਨਹੀਂ ਟਾਈਮ ਹੈਗਾ ਇਹਨਾਂ ਨੇ ਦੂਜੇ ਜਾਂ ਤੀਜੇ ਦਿਨ ਤਾਂ ਲਿਆ ਕੇ ਦਿੱਤੀ ਆ ਉਹ ਕਈ ਵਾਰ ਮੰਗਣ ਤੋਂ ਪਹਿਲਾਂ ਵੀ ਮਿਲੀ ਕਈ ਵਾਰੀ ਮੰਗਣੇ ਤੋਂ ਪਹਿਲਾਂ ਵੀ ਚੀਜ਼ ਮਿਲੀ ਆ ਏਦਾਂ ਦੀ ਗੱਲ ਨਹੀਂ ਬਿਨਾਂ ਕਹੇ ਦੇ ਮਿਲੇ ਸਾਨੂੰ ਇਹਨਾਂ ਨੇ ਤੰਗੀ ਬਿਲਕੁਲ ਨਹੀਂ ਆਉਂਦੀ ਜਿੱਦਾਂ ਦੇ ਅਸੀਂ ਇਟਲੀ ਤੋਂ ਆਏ ਆ ਅਸੀਂ ਤਾਂ ਦੋਨੋਂ ਘਰ ਦੀਆਂ ਰਾਣੀਆਂ ਇਹਨਾਂ ਦੋਨਾਂ ਦੇ ਸਿਰ ਤੇ ਸਾਨੂੰ ਕੋਈ ਚਿੰਤਾ ਨਹੀਂ ਹੈ ਸਾਨੂੰ ਕੋਈ ਚਿੰਤਾ ਨਹੀਂ ਜੋ ਸਾਨੂੰ ਇੰਨਾ ਮਾਣ ਤਾਂ ਹੈ ਸੀ ਇਟਲੀ ਤੋਂ ਵੀ ਸਾਨੂੰ ਭੁੱਖੇ ਤਾਂ ਨਹੀਂ ਰਹਿਣ ਦਿੰਦੇ ਕਿਉਂਕਿ ਸਾਨੂੰ ਮਾਣ ਸੀ ਵੀ ਇਹ ਕਰਕੇ ਖਾਣ ਜੋਗੇ ਹੈ ਜਿੱਥੇ ਹੱਥ ਲਾਉਂਦੇ ਹਾਂ ਵਧੀਆ ਕੰਮ ਕਰਦੇ ਹਾਂ ਅੱਛਾ ਇਹ ਗੱਲ ਤੁਹਾਡੀ ਗੱਲ ਚੋਂ ਗੱਲ ਨਿਕਲੀ ਵੀ ਨਹੀਂ ਅਕਸਰ ਇਹ ਬੰਦੇ ਨੂੰ ਹੁੰਦਾ ਵੀ ਵਾਪਸ ਵਗ ਜਾਂਗੇ ਯਾਰ ਇੰਡੀਆ ਹਾਂਜੀ ਤੇ ਹਾਲਾਤ ਪਹਿਲਾਂ ਹਾਲਾਤਾਂ ਨਾਲ ਲੜਦੇ ਹੋਏ ਇੱਥੇ ਆਏ ਸੀ ਹਾਂਜੀ ਤੇ ਫਿਰ ਉੱਥੇ ਜਾ ਕੇ ਕੰਮ ਕਾਰ ਕਰਾਂਗੇ ਕੀ ਹਨਾ ਉਹਨੂੰ ਫਿਰ ਇਹ ਡਰ ਨਹੀਂ ਲੱਗਿਆ ਵੀ ਵਾਪਸ ਤਾਂ ਵਗ ਜਾਂਗੇ ਹੁਣ ਮੁੜ ਕੇ ਕਰਾਂਗੇ ਕੀ ਨਹੀਂ ਇੱਕ ਵਾਰ ਤਾਂ ਡਰ ਲੱਗਿਆ ਜਦੋਂ ਬੰਦਾ ਹੌਲੀ ਹੌਲੀ ਕਦਮ ਪੱਟਿਆ ਸੀ ਜਿਵੇਂ ਭਾਈ ਸਾਹਿਬ ਨੇ ਕੰਮ ਇੱਥੇ ਸੈੱਟ ਕਰਿਆ ਹੌਲੀ ਹੌਲੀ 2 ਸਾਲ ਬਾਅਦ ਅਸੀਂ ਆਏ ਪਹਿਲਾਂ ਅਸੀਂ ਵੀ ਇਹਨਾਂ ਦੀ ਉੱਥੇ ਬੈਠ ਕੇ ਹੈਲਪ ਕੀਤੀ ਹੈ ਆਪਣਾ ਪੈਰ ਜਮਾ ਲੈਂਦਾ ਮੈਂ ਇਹਨਾਂ ਨੂੰ ਇਹ ਤਾਂ ਨੀ ਬੁਲਾ ਰਿਹਾ ਸੀ ਪਹਿਲਾਂ ਹੀ ਬੁਲਾਣੇ ਨੂੰ ਤਾਂ ਮੈਂ ਇਹਨਾਂ ਨੂੰ ਕਹਿ ਦਿੰਦਾ ਦੋ ਮਹੀਨੇ ਬਾਅਦ 4 ਮਹੀਨੇ ਬਾਅਦ ਤੂੰ ਆ ਜਾ ਕੋਈ ਗੱਲ ਨੀ ਕਿਉਂਕਿ ਜਿਹੜਾ ਕੰਮ ਅਸੀਂ ਕਰਿਆ ਉਹਨੂੰ ਪਹਿਲਾਂ ਸਟੇਬਲ ਕਰ ਲਈਏ ਹਾਂ ਕਿਉਂਕਿ 6-7 ਗੱਡੀਆਂ ਅਸੀਂ ਇਕੱਠੀਆਂ ਲੈ ਲਈਆਂ ਫਿਰ ਉਹਨਾਂ ਦੇ ਕੁਛ ਲੋਨ ਵਗੈਰਾ ਹੋ ਗਏ ਕੁਛ ਪਾਪਾ ਜੀ ਦੀ ਡੈਥ ਹੋ ਗਈ ਪਿੱਛੇ ਹੀ ਅਤੇ ਉਹ ਕਾਫੀ ਉਲਝਣਾਂ ਸਾਰੀਆਂ ਹੋ ਗਈਆਂ ਮੇਰੇ ਸਿਰ 'ਤੇ ਹੁਣ ਸੁਲਝਾਉਣੀਆਂ ਮੈਨੂੰ ਸੀਗੀਆਂ ਇਕੱਲੇ ਨੂੰ ਇੱਥੇ ਕੋਈ ਹੋਰ ਥਾਂ ਨਹੀਂ ਸੁਲਝਾਉਣ ਵਾਲਾ ਤੁਹਾਨੂੰ ਪਤਾ ਆਂਢ ਗੁਆਂਢ ਜਾਂ ਰਿਸ਼ਤੇਦਾਰ ਵੀ ਕਿੰਨਾ ਕੁ ਆਪਣਾ ਅੱਜ ਕੱਲ੍ਹ ਇਨਵੋਲਵ ਹੁੰਦੇ ਆ ਕਿਸੇ ਨੂੰ ਜੇ ਮਤਲਬ ਕਹਿੰਦਾ ਨਾ ਵੀ ਯਾਰ ਇਹ ਫਸਿਆ ਤਾਂ ਕਹਿੰਦਾ ਇਹ ਸੋਚਦਾ ਵੀ ਇਹ ਫਸਿਆ ਰਹੇ ਵੀ ਅੱਗੇ ਨਾ ਨਿਕਲ ਜਾਵੇ ਕਿਤੇ ਅਤੇ ਮੈਂ ਕਿੱਦਾਂ ਦੀ ਉਹ ਸੀਗੀ ਵੀ ਮੈਂ ਦੱਸਦਾ ਕਿਸੇ ਨੂੰ ਹੁੰਦਾ ਨਹੀਂ ਤਾਂ ਮੈਂ ਉਹ ਕੰਮ ਖਤਮ ਕਰਨਾ ਫਿਰ ਦੱਸਣਾ ਵੀ ਮੈਂ ਆਹ ਕੰਮ ਖਤਮ ਕਰਤਾ ਅੱਛਾ ਜਦੋਂ ਤੁਸੀਂ ਉਹ ਸਥਿਰ ਕਰ ਲਿਆ ਆਪਦਾ ਕੰਮ ਫਿਰ ਬੁਲਾਇਆ ਹਾਂ ਫਿਰ ਮੈਂ ਸਾਰੀ ਪਲਾਨਿੰਗ ਕਰਕੇ ਸਾਰੀ ਸੈਟਿੰਗ ਕਰਕੇ ਵੀ ਜਦ ਦੇਖਿਆ ਵੀ ਹਾਂ ਇੰਨੇ ਕੁ ਪੈਸੇ ਇਹ ਉੱਥੇ ਕਮਾਉਂਦਾ ਇੰਨੇ ਕੁ ਪੈਸੇ ਇਹਨੂੰ ਇਹ ਘਰ ਬੈਠੇ ਨੂੰ ਮਿਲ ਜਾਏਗਾ ਇਹਦਾ ਇੰਨਾ ਕੁ ਜੁਗਾੜ ਮੈਂ ਸੈੱਟ ਆਪਣੇ ਨਾਲ ਆਪਣਾ ਅਲੱਗ ਮਤਲਬ ਕਿ ਇਹ ਸੋਚਿਆ ਵੀ ਮੈਂ ਇੰਨੇ ਪੈਸੇ ਆਪਣੀ ਅਰਨਿੰਗ ਉਹਦੇ ਬਣਾ ਲਈ ਹੈ ਫਿਰ ਇੰਨੀ ਇਹਦੀ ਵੀ ਚਾਹੀਦੀ ਹੈ ਤਾਂ ਹੀ ਬੁਲਾਊਂਗਾ ਮੈਂ ਹੋਰ ਕੱਲ੍ਹ ਨੂੰ ਫਿਰ ਤਾਂ ਲੋਸ ਹੋ ਜੂਗਾ ਜੇ ਇੱਕੋ ਪਾਸੇ ਖੜ੍ਹੇ ਰਹੇ
ਫਿਰ ਥੋੜ੍ਹਾ ਜਿਹਾ ਰੈਂਟ ਦੇ ਵਾਸਤੇ ਮਕਾਨ ਬਣਾਉਣੇ ਸ਼ੁਰੂ ਕੀਤੇ, ਅਤੇ ਉਦੋਂ ਤਾਂ ਇਹ ਆ ਗਿਆ ਸੀਗਾ। ਪਹਿਲਾਂ ਜਿਹੜੇ ਟਰੱਕ ਵਗੈਰਾ ਸੀਗੇ ਉਹ ਸਾਰੇ ਬਣਾਏ, ਫਿਰ ਉਹਨਾਂ ਦੀ ਅਰਨਿੰਗ ਆਉਂਦੀ ਰਹੀ, ਜਿਹੜੀ ਉਹਨਾਂ ਨਾਲ ਕਮਾਈ ਕੀਤੀ, ਫਿਰ ਉਹਨਾਂ ਨਾਲ ਜ਼ਮੀਨ ਜ਼ਮੂਨ ਖਰੀਦੀ, ਪਲਾਟ ਖਰੀਦੇ, ਫਿਰ ਉਹਨਾਂ ਨੂੰ ਤੇ ਉੱਪਰ ਮਕਾਨ ਕੰਸਟਰਕਸ਼ਨ ਕਰਕੇ ਰੈਂਟ ਦੇ ਦਿੱਤੇ। ਫਿਰ ਜਦ ਸਾਰਾ ਸਭ ਕੁਛ ਸੈੱਟ ਹੋ ਗਿਆ, ਹੁਣ ਅਗਲਾ ਸਾਰੇ ਸੈੱਟ ਹੈ, ਅਗਲਾ ਕਹਿੰਦਾ ਸਹੀ ਹੈ ਸਭ ਕੁਛ। ਜਦ ਗਲਤ ਸਾਈਡ ਨੂੰ ਅਸੀਂ ਜਾਣੇ ਦਾ ਕੋਈ ਸਟੈਪ ਦੇਖਿਆ ਨਹੀਂ ਹੈਗਾ ਵੀ ਹਾਂ ਅਸੀਂ ਕੋਈ ਹੋਰ ਪਾਸੇ ਨੂੰ ਜਾਣਾ, ਮਿਹਨਤੀ ਕਰਦੇ ਰਹੇ ਹਾਂ ਵੀ ਯਾਨੀ ਕਿ ਉੱਥੇ ਜਿਹੜਾ ਹੈਗਾ ਉੱਥੇ ਫਿਜ਼ੀਕਲੀ ਮਿਹਨਤ ਕਰਨੀ ਪੈਂਦੀ ਹੈ, ਇੱਥੇ ਸਾਰਾ ਹੈਗਾ ਜੇ ਤੁਹਾਡੇ ਕੋਲ ਦਿਮਾਗ ਹੈਗਾ ਤਾਂ ਤੁਸੀਂ ਬਹੁਤ ਵਧੀਆ ਸੈਟਿੰਗ ਕਰ ਸਕਦੇ ਹੈ। ਹੁਣ ਸੰਤੁਸ਼ਟ ਹੋ ਬਾਈ ਤੁਸੀਂ? ਹਾਂਜੀ ਹਾਂਜੀ ਸੰਤੁਸ਼ਟ। ਅੱਛਾ ਇਹ ਪਰਿਵਾਰ 'ਚ ਰਹਿ ਕੇ ਹੁਣ ਤੁਹਾਨੂੰ ਕਿਹੋ ਜਿਹਾ ਲੱਗਦਾ, ਤੁਸੀਂ ਆਪਣੇ ਦੋਨੇ ਭਰਾ ਇਕੱਠੇ ਰਹਿੰਦੇ ਹੋ, ਤੁਹਾਡੀਆਂ ਦੋਨੀਆਂ ਪਤਨੀਆਂ ਇਹ ਦਰਾਣੀ ਜਠਾਣੀ ਹੈ ਨਾ ਇਕੱਠੀਆਂ ਰਹਿੰਦੀਆਂ ਨੇ, ਉਦੋਂ ਕਿਹੋ ਜਿਹਾ ਸੰਤੁਸ਼ਟੀ ਮਿਲਦੀ, ਉਦੋਂ ਕਿਹੋ ਜਿਹਾ ਸਕੂਨ ਮਿਲਦਾ? ਦੇਖੋ ਜੀ ਅਸੀਂ ਸਾਰਾ ਦਿਨ ਸਵੇਰੇ ਚੱਲ ਜਾਂਦੇ, ਸਵੇਰੇ 10 ਵਜੇ ਚੱਲ ਜਾਂਦੇ, ਸ਼ਾਮ ਨੂੰ 7 ਵਜੇ 8 ਵਜੇ ਘਰ ਆਉਂਦੇ ਹੈ। ਸਾਨੂੰ ਘਰ ਦੇ ਵਿੱਚ ਸਾਰੇ ਹੱਸਦੇ ਖੇਡਦੇ ਚਾਹੀਦੇ ਹੈ, ਸ਼ਾਮ ਨੂੰ ਇਹ ਨਹੀਂ ਹੈਗਾ ਵੀ ਹਾਂ ਬੱਚੇ ਕਿਤੇ ਹੈ ਅਸੀਂ ਕਿਤੇ ਆ ਰਹੇ ਹੈ, ਘਰ ਵਾਲੀਆਂ ਘਰ ਬੈਠੀਆਂ ਹੈ, ਰੋਟੀ ਬਣਾਉਣੀ ਹੈ ਜਾਂ ਕੁਛ ਕਰਨਾ ਹੈ। ਸਾਨੂੰ ਅਸੀਂ ਜਿਸ ਟਾਈਮ ਸ਼ਾਮ ਨੂੰ 7, 7:30 ਜਾਂ 8 ਵਜੇ ਘਰ ਆਉਂਦੇ ਹੈ, ਸਾਨੂੰ ਸਾਰਾ ਪਰਿਵਾਰ ਘਰ ਚਾਹੀਦਾ। ਅੱਛਾ ਹਾਂਜੀ, ਹੁਣ ਸਾਰੀਆਂ ਸੈਟਿੰਗ ਹੋ ਗਈ ਹੈ, ਸਾਰਾ ਸਭ ਕੁਛ ਹੈਗਾ ਹੈ, ਜੋ ਜਿਤਨਾ ਮਤਲਬ ਜ਼ਿਆਦਾ ਅਮੀਰ ਨੇ ਵੀ 2 ਰੋਟੀਆਂ ਖਾਣੀਆਂ, ਜੇ ਤੁਸੀਂ ਮੀਡੀਅਮ ਜੇ ਰਹੋਗੇ ਤਾਂ ਵੀ 2 ਰੋਟੀਆਂ ਖਾਣੀਆਂ ਜੇ ਹੈਗਾ ਨਹੀਂ, ਤੇ ਹਰੇਕ ਚੀਜ਼ ਹੈਗੀ ਹੈ। ਤੇ ਹੁਣ ਬਹੁਤੀਆਂ ਛਾਲਾਂ ਮਾਰਨੇ ਨਾਲ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ, ਸਹੀ ਗੱਲ ਹੈ, ਆਪਣੇ ਹਿਸਾਬ ਨਾਲ ਚੱਲਦੇ ਰਹੋ। ਬੱਚੇ ਸੈੱਟ ਹੈ, ਬੱਚੇ ਪੜ੍ਹ ਰਹੇ ਹੈ, ਕੰਮ ਵੀ ਕਰ ਰਹੇ ਹੈ ਆਪਣਾ, ਉਹ ਕਹਿੰਦੇ ਵੀ ਸਾਡੀ ਤੁਸੀਂ ਟੈਨਸ਼ਨ ਨਹੀਂ ਲੈਣੀ, ਅਸੀਂ ਆਪਣਾ ਆਪ ਕਰ ਲੈਣਾ। ਮੈਂ ਕਿਹਾ ਜਿਹੜਾ ਇਹ ਕਰਿਆ ਹੋਇਆ ਇਹ ਵੀ ਤੁਹਾਡਾ ਹੀ ਹੈ, ਤੁਸੀਂ ਆਪਣਾ ਕਰ ਲਓ ਉਹ ਵੀ ਤੁਹਾਡਾ ਹੀ ਹੈ। ਅੱਛਾ ਇੱਕ ਤੁਸੀਂ ਦੱਸ ਦਿਓ ਵੀ ਤੁਹਾਡੇ ਬੱਚਿਆਂ ਨੇ ਇਹ ਆਖਿਆ ਵੀ ਅਸੀਂ ਬਾਹਰ ਜਾਣਾ, ਤੁਸੀਂ ਉਹਨਾਂ ਨੂੰ ਰੋਕਿਆ ਵੀ ਨਹੀਂ ਜਾਇਓ, ਪਹਿਲਾਂ ਅਸੀਂ ਆਏ ਹਾਂ ਉੱਥੋਂ? ਮੈਂ ਅਸੀਂ ਤਾਂ ਨਹੀਂ ਰੁਕਿਆ, ਉਹਨੇ ਜਦੋਂ ਤੱਕ ਨਾ ਬੱਚਾ ਕੰਫਰਟ ਜ਼ੋਨ ਵਿੱਚ ਹੈ ਨਾ, ਉਹਦੇ ਉਹ ਸਿਰਦਰਦ ਹੀ ਨਹੀਂ ਲੈਂਦਾ ਕੋਈ ਵੀ, ਕਿਉਂਕਿ ਅਸੀਂ ਇਹ ਚੀਜ਼ ਦੇਖ ਰਹੇ ਸੀਗੇ। ਮੈਂ ਕਿਹਾ ਵੀ ਸਾਡੇ ਆਲੇ ਦੁਆਲੇ ਜਿਤਨੇ ਵੀ ਲੋਕ ਰਹਿੰਦੇ ਆ ਜਾਂ ਲੋਕਾਂ ਦੇ ਰਿਸ਼ਤੇਦਾਰਾਂ ਦੇ ਬੱਚੇ ਹੈ, ਉਹ ਕੰਫਰਟ ਜ਼ੋਨ ਦੇ ਵਿੱਚ ਹੈ। ਮੰਨ ਲਓ ਉਹਨਾਂ ਨੂੰ ਕਾਰ ਵੀ ਮਿਲ ਗਈ ਘੁੰਮਣੇ ਨੂੰ, ਉਹਨਾਂ ਨੂੰ ਘਰ ਵੀ ਮਿਲ ਗਿਆ, ਉਹਨਾਂ ਨੇ ਸਾਰਾ ਦਿਨ ਏ ਸੀ ਲਾ ਕੇ ਪਏ ਰਹਿਣਾ, ਕੰਮ ਕੋਈ ਕਰਨਾ ਨਹੀਂ। ਜਦੋਂ 21-22 ਸਾਲ ਦਾ ਹੋਇਆ ਫਿਰ ਕੋਈ ਕੁੜੀ ਲੱਭਣੀ ਵਿਆਹ ਦੇਣਾ ਬਸ, ਫਿਰ ਉਹ ਬਾਅਦ 'ਚ ਫਿਰ ਨਾ ਉਹ ਕੰਮ ਕਰਨ ਜੋਗਾ ਨਾ ਕੁਛ ਕਾਸੀ ਹੋਊਗਾ। ਸਾਡੇ ਬੱਚੇ ਕੁਛ ਹੋਰ ਲਾਈਨ ਦੇ ਦੇ, ਉਹਨਾਂ ਨੇ ਕਦੇ ਇਹ ਚੀਜ਼ਾਂ ਉਹ ਕਹਿੰਦੇ ਵੀ ਅਸੀਂ ਇਹ ਕੰਮ ਨਹੀਂ ਕਰਨਾ ਜਿਹੜੇ ਲੋਕ ਕਰਦੇ ਹੈ। ਮੇਰੇ ਜਨਮ ਬੱਚਿਆਂ ਦੀ ਜਿਹੜੀ ਸੋਚ ਸੀਗੀ ਉਹ ਕਹਿੰਦਾ ਅਸੀਂ ਨਹੀਂ ਵਿਆਹ ਵੂ ਕਰਾਉਣਾ, ਵੀ ਹਾਂ ਵੀ ਤੁਸੀਂ ਸੋਚੋ ਵੀ ਕੱਲ੍ਹ ਨੂੰ 22-23 ਸਾਲ ਦਾ ਹੋ ਗਿਆ ਵਿਆਹ ਤਿਆ, ਕਹਿੰਦਾ ਅਸੀਂ ਤਾਂ ਜਦ ਤੱਕ ਅਸੀਂ ਆਪਣੇ ਪੈਰਾਂ ਪਰ ਖੜੇ ਨਹੀਂ ਹੁੰਦੇ, ਅਸੀਂ ਆਪਣੀ ਵਧੀਆ ਕੰਮ ਨਹੀਂ ਕਰਦੇ, ਕਹਿੰਦਾ ਜਦ ਤੱਕ ਮੈਂ ਵਿਆਹ ਨਹੀਂ ਕਰਾਉਣਾ। ਅਜੇ ਬੜੇ ਮੁੰਡੇ ਨੂੰ ਤਾਂ ਅਸੀਂ ਕਹਿ ਵੀ ਦਿੰਦੇ, ਮੈਂ ਕਿਹਾ ਬੇਟੇ ਤੇਰੀ 24 ਸਾਲ ਲੱਗ ਗਿਆ ਵੀ ਆ ਜਾ ਤੇਰਾ ਵਿਆਹ ਕਰ ਦਈਏ ਹੁਣ, ਕਹਿੰਦਾ ਜੇ ਤੁਸੀਂ ਆਹ ਕੰਮ ਕਰਨਾ ਕਹਿੰਦਾ ਮੈਂ ਆਉਣਾ ਹੀ ਨਹੀਂ ਕਨੇਡਾ ਚ ਦੋਨੇ। ਅੱਛਾ ਅੱਛਾ, ਫਿਰ ਹੁਣ ਕਿਹੋ ਜਿਹਾ ਸਕੂਨ ਰਹਿੰਦਾ ਹੈਗਾ ਵੀ ਦੋਨੇ ਨੂੰਹਾਂ ਤੁਹਾਡੀਆਂ, ਦੋਨੇ ਪੁੱਤ ਤੁਹਾਡੇ ਇਕੱਠੇ ਰਹਿੰਦੇ ਆ ਤੇ ਰਾਜੀ ਖੁਸ਼ੀ ਇਹ ਪਰਿਵਾਰ ਅੱਜ ਤੁਸੀਂ ਹੱਸ ਤੱਕ ਖੇਡਦਾ ਦੇਖ ਲਓ? ਹੱਸਦਾ ਖੇਡਦਾ ਦੇਖਦੇ ਮੈਂ ਵੀ ਘੁੰਮੀ ਜਾਂਦੀ ਆਲੇ ਦੁਆਲੇ ਇਹਨਾਂ ਦੇ, ਉੱਧਰ ਉੱਧਰ ਤੇ ਬੜੀ ਇੱਧਰ ਨੂੰ ਆ ਗਈ ਹੈ, ਉੱਧਰ ਇੱਧਰ ਤੇ ਜਿਹੜੀ ਉੱਧਰ ਨੂੰ ਚੱਲ ਗਈ। ਅੱਛਾ ਤੁਸੀਂ ਉਦੋਂ ਕੋਲੇ ਸੀ ਜਦੋਂ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨੂੰ ਆਖਿਆ ਵੀ ਚੱਲ ਹੁਣ ਤੂੰ ਬਹੁਤ ਹੋ ਗਿਆ ਇੱਥੇ ਇਟਲੀ ਚ, ਪਾਪਾ ਚੱਲ? ਦੋਹੇ ਜਣੇ ਗਏ ਵੀ ਤੇ ਇਹਨਾਂ ਕੋਲ। ਨਹੀਂ ਉਹ ਗੱਲ ਯਾਦ ਆ ਤੁਹਾਨੂੰ? ਹਾਂ ਯਾਦ ਹੈ। ਤੁਸੀਂ ਨਹੀਂ ਰੋਕਿਆ ਵੀ ਇੱਥੇ ਠੀਕ ਨੇ ਮੁੰਡੇ, ਤੂੰ ਕਾਹਨੂੰ ਬੁਲਾਉਣਾ ਭਾਈ ਵਾਪਸ? ਉਹਦੇ ਸੁਣਨ ਦੀ ਹਿੰਮਤ ਹੁੰਦੀ ਤੀ ਬੋਲਣੇ ਦੀ। ਅੱਛਾ ਉਹ ਇਹਨਾਂ ਦੇ ਨਹੀਂ ਬੋਲ ਹੋਇਆ, ਮੈਂ ਤਾਂ ਕਿਆ ਬੋਲਣਾ ਤਾ।
ਅੱਛਾ ਫਿਰ ਅੱਗੇ ਤਾਂ ਭਾਈ ਨਹੀਂ ਕਦੀ ਬੋਲੇ ਭਾਈ ਨਹੀਂ ਬੋਲੇ ਕਦੀ ਵੀ ਹੈ ਉਹਨਾਂ ਨੂੰ ਅੱਗੇ ਸ਼ੁਰੂ ਤੋਂ ਹੀ ਪਰਿਵਾਰ ਦਾ ਪਿਆਰ ਰਿਹਾ ਇਸ ਤਰ੍ਹਾਂ ਜਿਵੇਂ ਉਹ ਕਹਿੰਦਾ ਤਾਂ ਵੀ ਹੁਣ ਦਿਲ ਨਹੀਂ ਲੱਗਦਾ ਉਹਨਾਂ ਮੇਰੇ ਇਹਦੇ ਬੱਚੇ ਹੀ ਬੜੇ ਹੋ ਗਏ ਤੇ ਨਾ ਵੀ ਮੈਂ ਉਰੇ ਹੀ ਪੜ੍ਹਾਉਣੇ ਆ ਉਹ ਪੋਤੇ ਪੋਤੀਆਂ ਹਾਂ ਪੋਤੀ ਤਾਂ ਹੈ ਨਹੀਂ ਪੋਤੇ ਤੇ ਪੋਤੀ ਤਾਂ ਉਹ ਇੱਕ ਅੱਛਾ ਨਹੀਂ ਫਿਰ ਉਦੋਂ ਉਹ ਤੁਹਾਨੂੰ ਇਹ ਕਹਿੰਦੇ ਸੀ ਮੈਂ ਉਰੇ ਬੁਲਾਉਂਗਾ ਤੁਸੀਂ ਇਹ ਗੱਲ ਵੀ ਦੱਸ ਦਿਓ ਵੀ ਉਹ ਕਹਿੰਦਾ ਸੀਗਾ ਵੀ ਮੈਂ ਇੱਥੇ ਲੋਕਾਂ ਦੇ ਬੱਚੇ ਥੋੜੀ ਖੜਾਉਂਗਾ ਹਨਾ ਮੇਰੇ ਪੋਤੇ ਪੋਤੀ ਹੁਣ ਮੈਂ ਉਹਨਾਂ ਨੂੰ ਖੜਾਉਂਗਾ ਆਹੀ ਤੀ ਇਹਦੀ ਤਮੰਨਿਆ ਤਮੰਨਿਆ ਤੀ ਇਹਦੀ ਵੀ ਮੈਂ ਉਰੇ ਪੜ੍ਹਾਉਣੀ ਆ ਵਧੀਆ ਸਕੂਲ ਵਿੱਚ ਅੱਛਾ ਆਪਦੇ ਪੋਤੇ ਆਪ ਜਾਣਾ ਉਹਨੇ ਲੈ ਕੇ ਉਹਦੇ ਵਿੱਚ ਕਾਰ ਤੇ ਆਪ ਲੈ ਕੇ ਜਾਂਦੇ ਸੀ ਆਪ ਆਪ ਲੈ ਕੇ ਆਣੇ ਟਿਊਸ਼ਨ ਆਪ ਛੱਡ ਕੇ ਆਣੇ ਆਪ ਲੈ ਕੇ ਆਣੇ ਕਿਉਂਕਿ ਜੇ ਉਹ ਉਮਰ ਚ ਕਾਫੀ ਉਮਰ ਉਹ ਉਹਨਾਂ ਨੂੰ ਤਰਸੇ ਹਨਾ ਆਪਦੇ ਪੋਤੇ ਪੋਤੀਆਂ ਨੂੰ ਤੇ ਫਿਰ ਜਦੋਂ ਉਹਨਾਂ ਕੋਲ ਵਾਪਸ ਆਏ ਤਾਂ ਉਹਨਾਂ ਦਾ ਚਾਅ ਨਹੀਂ ਸੰਭਾਲਿਆ ਗਿਆ ਹਨਾ ਹਾਂ ਫਿਰ ਤਾਂ ਬਸ ਬਥੇਰਾ ਕੰਮ ਕਰਦਾ ਤਾਂ ਤੁਰਨੇ ਫਿਰਨੇ ਦੇ ਕੰਮ ਕਰਦਾ ਤਾਂ ਅੱਛਾ ਜਦੋਂ ਇਹ ਦੋਨੇ ਪੁੱਤ ਵਾਪਸ ਆ ਗਏ ਫਿਰ ਉਦੋਂ ਕਿਹੋ ਜਿਹਾ ਸਕੂਨ ਮਿਲਿਆ ਤੁਹਾਨੂੰ ਬਸ ਫਿਰ ਤਾਂ ਆਪੇ ਢਾ ਗਿਆ ਤਾਂ ਫਿਰ ਆਪ ਚੱਲ ਗਏ ਨਾ 6 ਮਹੀਨੇ ਬਾਅਦ ਨਹੀਂ ਫਿਰ ਆਪ ਤੁਹਾਨੂੰ ਖੁਸ਼ੀ ਹੋਈ ਵੀ ਇਹ ਵਾਪਸ ਆ ਗਏ ਪਰ ਉਹ ਚਲੇ ਗਏ ਆਪ ਉਹਨਾਂ ਦੀ ਖੁਸ਼ੀ ਇਹਨਾਂ ਦੀ ਤਾਂ ਖੁਸ਼ੀ ਹੈ ਸੀ ਪਰ ਉਹ ਸਾਰਿਆਂ ਨੂੰ ਢਾ ਗਿਆ ਮਿੰਟ ਵੀ ਨਹੀਂ ਲੱਗੀ ਹੈ ਕੋਈ ਚੱਲ ਦਵਾਈ ਬੁੱਟੀ ਦਵਾ ਦਿੰਦੇ ਨਹੀਂ ਚਲੋ ਚੰਗੀ ਗੱਲ ਆ ਬਈ ਤੁਸੀਂ ਐਂ ਪਿਆਰ ਇੱਕ ਦੂਜੇ ਨਾਲ ਤੁਹਾਡਾ ਦੋਨੇ ਭਰਾਵਾਂ ਦਾ ਤੁਹਾਡਾ ਦਰਾਣੀ ਜਠਾਣੀ ਦਾ ਐਂ ਬਣਿਆ ਰਹੇ ਸਾਰਾ ਪਰਿਵਾਰ ਐਂ ਹਾਸਾ ਖੇਡਦਾ ਰਹੇ ਚਲੋ ਜੀ ਤੇ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਾਈ ਮਿਹਰਬਾਨੀ ਸੋ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸ ਦਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੰਟੇ